ਵਾਹਿਗੁਰੂ ਸਾਹਿਬ ਜੀਓ ਤੈ ਨਰ ਕਿਆ ਪ੍ਰਾਣ ਸੁਨ ਕੀਨਾ ਅੰਨ ਪਾਵਨੀ ਭਗਤ ਨੀ ਉਪਜੇ ਭੁੱਖੈ ਦਾਨ ਨ ਦੀਨਾ ਕਾਮ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੁਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁਟੇ ਨਿਫਲ ਭਈ ਸਭ ਸੇਵਾ ਪਰਮ ਸਨਮਾਨਯੋਗ ਗੁਰਪਿਆਰੀ ਸਤਸੰਗਤ ਜੀਓ ਭਾਗਾਂ ਵਾਲੇ ਹਾਂ ਜ਼ਾਹਿਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ 550 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਦੀ ਅਸੀਸ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ ਸਦਕਾ ਇੱਕ ਨਿਮਾਣਾ ਜਿਹਾ ਉਪਰਾਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜਪ ਜੀ ਨੂੰ ਵਿਚਾਰਨ ਦਾ ਇੱਥੋਂ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਗੋਦ ਦੇ ਅੰਦਰ ਜਿੱਥੇ ਹਾਜ਼ਰੀ ਭਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਨ ਕਰ ਰਹੇ ਸਾਂ। ਆਓ ਉੱਥੇ ਹਜ਼ੂਰ ਪਿਤਾ ਦੀ ਜੋ ਪਾਵਨ ਪਵਿੱਤਰ ਬਾਣੀ ਜਪ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਉਸ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਜਿਵੇਂ ਅਸੀਂ ਹਰ ਵਾਰ ਜਿਸ ਵੀ ਪਾਵਨ ਪੌੜੀ ਦਾ ਪਾਠ ਅਸੀਂ ਕਰਦੇ ਹਾਂ ਫਿਰ ਉਸ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਆਪ ਸੰਗਤਾਂ ਦੀ ਅਸੀਸ ਸਦਕਾ ਹੁਣ ਤੱਕ ਅਸੀਂ 31st ਪੌੜੀ ਦੀ ਵਿਚਾਰ ਨਾਲ ਸਾਂਝ ਪਾ ਚੁੱਕੇ ਹਾਂ। ਅੱਜ ਅਸੀਂ 32nd 32ਵੀਂ ਪੌੜੀ ਦੀ ਵਿਚਾਰ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ ਅਤੇ ਸਭ ਤੋਂ ਪਹਿਲਾਂ ਪਾਵਨ ਪੌੜੀ ਦਾ ਉਚਾਰਨ ਸੰਗਤੀ ਰੂਪ ਅੰਦਰ ਕਰਾਂਗੇ ਫਿਰ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ। ਇੱਕ ਦੂ ਜੀਵੋਂ ਲੱਖੋਂ ਹੈ ਲੱਖ ਹੋਵੇਂ ਲੱਖ ਵੀਸਾ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ਾ ਏ ਤਰਾਪਤ ਪਵੜੀਆਂ ਚੜੀਐ ਹੋਏ ਅਕੀਸਾ ਸੁਣ ਗੱਲਾਂ ਆਕਾਸ਼ ਕੀਟਾਂ ਆਈ ਰੀਸਾ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸਾ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪਾਵਨ ਪੌੜੀ ਦੇ ਅੰਦਰ ਜੋ ਪਹਿਲੀਆਂ 3 ਲਾਈਨਾਂ ਨੇ ਇਹਦੇ ਅੰਦਰ ਹਜ਼ੂਰ ਪਿਤਾ ਨੇ ਉਸ ਸਮੇਂ ਦੇ ਜੋ ਯੋਗੀਆਂ ਦਾ ਪ੍ਰਾਣ ਪੰਥੀਆਂ ਦਾ ਜੋ ਖਿਆਲ ਸੀ ਕਿਉਂਕਿ ਜੋ ਅਸੀਂ ਪਿਛਲੀਆਂ ਪੌੜੀਆਂ ਵਿਚਾਰੀਆਂ ਨੇ 28 ਤੋਂ ਲੈ ਕੇ ਮੁੰਦਾ ਸੰਤੋਖ ਸ਼ਰਮਪਤ ਝੋਲੀ ਤੋਂ ਲੈ ਕੇ ਅਸੀਂ ਜੋ ਲੜੀਵਾਰ ਵਿਚਾਰ ਕਰਦੇ ਆ ਰਹੇ ਹਾਂ 31st ਤੱਕ
ਇਹ ਚਾਰ ਪੌੜੀਆਂ ਸਨ, ਆਦੇਸ਼ ਅਤੇ ਸਿਆਦੇਸ਼, ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਨਾਂ ਚਾਰ ਪੌੜੀਆਂ ਦੇ ਅੰਦਰ ਹਜ਼ੂਰ ਪਿਤਾ ਦੀ ਜੋਗੀਆਂ ਨਾਲ ਵਿਚਾਰ ਹੋਈ ਹੈ। ਪਹਿਲੀ ਪੌੜੀ ਜੋ 18ਵੀਂ ਪੌੜੀ, ਉਹਦੇ 'ਚ ਮਾਲਕ ਪਿਤਾ ਨੇ ਮਨ ਨੂੰ ਜਿੱਤਣ ਦਾ ਜੋਗੀਆਂ ਨੂੰ ਤਰੀਕਾ ਦੱਸਿਆ, ਇਕੱਲਾ ਜੋਗੀਆਂ ਨੂੰ ਹੀ ਨਹੀਂ ਸਾਨੂੰ ਸਾਰਿਆਂ ਨੂੰ ਦੱਸਿਆ। ਉਸ 18ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਕਿਹਾ, ਜੇਕਰ ਮੁੰਦਰਾਂ ਪਾਉਣੀਆਂ ਨੇ ਤਾਂ ਸੰਤੋਖ ਦੀਆਂ ਪਹਿਣ, ਮੁੰਦਾ ਸੰਤੋਖ ਸ਼ਰਮ ਪਤ ਝੋਲੀ। ਪਤ ਕਹਿੰਦੇ ਨੇ ਖੱਪਰ ਨੂੰ, ਕਾਲੇ ਰੰਗ ਦਾ ਉਹਨਾਂ ਕੋਲ ਖੱਪਰ ਹੁੰਦਾ ਹੈ, ਜਿਹਦੇ ਤੋਂ ਪਿਛਾ ਮੰਗ ਕੇ ਲੋਕਾਂ ਕੋਲੋਂ ਦਾਨ ਮੰਗ ਕੇ ਉਸ ਖੱਪਰ ਵਿੱਚ ਪਾਉਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਖੱਪਰ ਜਿਹੜਾ ਚਾਹੀਦਾ ਨਾ, ਉੱਦਮ ਦਾ ਚਾਹੀਦਾ ਹੈ, ਐਫਰਟ ਦਾ ਚਾਹੀਦਾ ਹੈ, ਮਿਹਨਤ ਦਾ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਜੋ ਜੋਗੀਆਂ ਵਾਲੇ ਚਿੰਨ੍ਹ ਸਨ, ਕਿਹਾ ਕਿ ਜੇਕਰ ਇਹਨਾਂ ਚਿੰਨ੍ਹਾਂ ਵਿੱਚ ਕੋਈ ਗੁਣ ਨਹੀਂ ਨਾ, ਇਹਨਾਂ ਚਿੰਨ੍ਹਾਂ ਦਾ ਫਾਇਦਾ ਨਹੀਂ। ਫਿਰ ਅਗਲੀ ਪੌੜੀ ਆ ਗਈ, ਉਹਦੇ 'ਚ ਮੇਰੇ ਮਾਲਕ ਪਿਤਾ ਨੇ ਜੋਗੀਆਂ ਦੇ ਖੁਰਾਕ ਦੀ ਗੱਲ ਕੀਤੀ। ਦਿਆ ਭੰਡਾਰਨ ਤੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸ਼ੁਰੂ ਕਰਦੇ ਨੇ। ਫਿਰ ਤੀਸਰੀ ਪੌੜੀ ਵਿੱਚ ਏਕਾ ਮਾਈ ਜੁਗਤ ਵਿਆਈ, ਜਿਹੜੀ ਜੋਗੀਆਂ ਨਾਲ ਵਿਚਾਰ ਚੱਲ ਰਹੀ। ਫਿਰ ਚੌਥੀ ਪੌੜੀ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜੋਗੀਆਂ ਦੇ ਉਸ ਖਿਆਲ ਨੂੰ ਬੜੇ ਸੁੰਦਰ ਤਰੀਕੇ ਨਾਲ, ਉਹਨਾਂ ਦੀ ਜੋ ਮਨੋਦ ਸੀ, ਜੋ ਉਹਨਾਂ ਦਾ ਵਿਚਾਰ ਸੀ, ਖੰਡਨ ਕਰਦਿਆਂ ਆਪਣਾ ਗੁਰਮਤ ਦਾ ਪੱਖ ਰੱਖਿਆ। ਅਤੇ ਇਸ ਪਾਵਨ ਪੌੜੀ ਦੇ ਅੰਦਰ ਵੀ ਸਤਿਗੁਰਾਂ ਨੇ ਜੋ ਜੋਗੀਆਂ ਦੀ ਇੱਕ ਮਨੋਤ ਬਣੀ ਹੋਈ ਸੀ ਨਾ, ਪੁਰਾਣ ਪੰਥੀਆਂ ਦੀ ਜੋ ਮਨੋਤ ਬਣੀ ਹੋਈ ਸੀ, ਜੋ ਅੱਜ ਵੀ ਪ੍ਰਚਲਿਤ ਹੈ, ਐਸਾ ਨਹੀਂ ਕਿ ਉਹ ਮਨੋਤਾਂ ਖਤਮ ਹੋ ਗਈਆਂ ਨੇ, ਵਿਚਾਰਾਂ ਖਤਮ, ਉਹ ਅੱਜ ਵੀ ਪ੍ਰਚਲਿਤ ਨੇ। ਉਹ ਖਿਆਲ ਕੀ ਹੈ? ਉਹ ਖਿਆਲ ਹੈ, ਜੋਗੀਆਂ ਦਾ ਖਿਆਲ ਹੈ, ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ, ਲੱਖ ਵੀਸ। ਜੋਗੀਆਂ ਦਾ ਖਿਆਲ ਹੈ ਕਿ ਇੱਕ ਜ਼ਬਾਨ ਤੋਂ ਜੇ ਸਾਡੀਆਂ ਲੱਖਾਂ ਜ਼ਬਾਨਾਂ ਹੋ ਜਾਣ, ਠੀਕ ਹੈ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇੱਕ ਪਰਮਾਤਮਾ ਦੇ ਨਾਮ ਦਾ ਲੱਖਾਂ ਵਾਰੀ ਜਾਪ ਕੀਤਾ ਜਾਏ, ਜਿਹਨੂੰ ਰੈਪੀਟੇਸ਼ਨ ਕਹਿ ਦਿੱਤਾ ਜਾਂਦਾ, ਉਹਨਾਂ ਦਾ ਖਿਆਲ ਹੈ ਕਿ ਜੇਕਰ ਸਾਡੀ ਇੱਕ ਜ਼ਬਾਨ ਤੋਂ ਲੱਖ ਹੋ ਜਾਏ, ਲੱਖਾਂ ਤੋਂ 20 ਲੱਖ ਹੋ ਜਾਏ, ਅਸੀਂ ਉਸ ਜ਼ਬਾਨਾਂ ਦੇ ਨਾਲ ਪਰਮਾਤਮਾ ਦੇ ਇੱਕ ਜਿਹੜਾ ਨਾਮ ਹੈ ਉਹਦਾ ਰਟਨ ਕਰੀਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬੜੇ ਸੁੰਦਰ ਤਰੀਕੇ ਨਾਲ ਗੱਲ ਸਮਝਾਈ, ਕਹਿਣ ਲੱਗੇ, ਸੱਜਣਾ, ਇਹ ਤਰਾਪਤ ਪੌੜੀਆਂ ਚੜੀਐ ਹੋਏ ਅਕੇਸ, ਇਹ ਜਿਹੜਾ ਤਰੀਕਾ ਤੂੰ ਅਪਣਾਇਆ ਹੈ, ਕਿਸੇ ਸ਼ਬਦ ਦਾ ਜਾਪ ਕਰ ਲੈਣ, ਕਿਸੇ ਸ਼ਬਦ ਦਾ ਰਟਨ ਕਰ ਲੈਣ, ਕਿਸੇ ਪਾਠ ਦਾ ਗਿਣਤੀਆਂ ਮਿੰਟੀਆਂ ਵਿੱਚ ਉਹਦਾ ਪਾਠ ਕਰ ਲੈਣਾ, ਇਹਦੇ ਨਾਲ ਪਰਮਾਤਮਾ ਨਾਲ ਇੱਕਮਿੱਕ ਨਹੀਂ ਹੋਇਆ ਜਾ ਸਕਦਾ। ਕਿਉਂ? ਕਿਉਂਕਿ ਗਿਣਤੀਆਂ ਮਿੰਤੀਆਂ ਦਾ ਪਾਠ ਸਾਡੇ ਅੰਦਰ ਹੰਕਾਰ ਹੀ ਪੈਦਾ ਕਰੇਗਾ ਕਿ ਮੈਂ ਇੰਨੇ ਪਾਠ ਕੀਤੇ ਨੇ, ਮੈਂ ਇੰਨੇ ਪਾਠ ਕਰਦਾ ਵਾਂ, ਮੇਰੇ ਜਿੰਨਾ ਤਾਂ ਪਾਠ ਹੀ ਕੋਈ ਨਹੀਂ ਕਰਦਾ, ਮੇਰੇ ਜਿੰਨਾ ਤਾਂ ਨਿਤਨੇਮ ਹੀ ਕੋਈ ਨਹੀਂ ਕਰਦਾ, ਮੇਰੇ ਜਿੰਨਾ ਤਾਂ ਜਾਪ ਹੀ ਕੋਈ ਨਹੀਂ ਕਰਦਾ, ਮੇਰੇ ਜਿੰਨਾ ਭਜਨ ਹੀ ਕੋਈ ਕਰਦਾ। ਸਤਿਗੁਰੂ ਜੀ ਕਹਿਣ ਲੱਗੇ, ਇਹ ਜਿਹੜਾ ਤੁਸੀਂ ਰੈਪੀਟੇਸ਼ਨ ਕਰਦੇ ਪਏ ਹੋ ਇੱਕ ਜ਼ਬਾਨ ਦੇ ਨਾਲ ਕਿਸੇ ਸ਼ਬਦ ਨੂੰ ਲੈ ਕੇ, ਜੇਕਰ ਤੁਹਾਡੀਆਂ ਇੱਕ ਜ਼ਬਾਨ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ ਵੀ 20 ਲੱਖਾਂ ਹੋ ਜਾਣ, ਫਿਰ ਵੀ ਕਿਸੇ ਸ਼ਬਦ ਦਾ ਇਕੱਲਾ ਜਾਪ ਕੀਤਿਆਂ ਹੀ, ਤੋਤਾ ਰਟਣ ਕੀਤਿਆਂ ਹੀ, ਰੈਪੀਟੇਸ਼ਨ ਕੀਤੀ ਇਕੱਲੀ, ਸਤਿਗੁਰੂ ਜੀ ਕਹਿਣ ਲੱਗੇ, ਉਹਦੇ ਨਾਲ ਪਰਮਾਤਮਾ ਨਾਲ ਅਕੀਸ ਇੱਕਮਿੱਕ ਨਹੀਂ ਹੋਇਆ ਜਾ ਸਕਦਾ। ਹੁਣ ਸਵਾਲ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਉਹਨਾਂ 'ਤੇ ਕਿ ਕਿਸੇ ਸ਼ਬਦ ਦਾ ਬਾਰ ਬਾਰ ਰਟਨ ਕਰਨ ਨਾਲ ਕੁਛ ਪ੍ਰਾਪਤ ਹੋ ਸਕਦਾ ਹੈ? ਕਿਸੇ ਸ਼ਬਦ ਦਾ ਬਾਰ ਬਾਰ ਰਟਨ ਕਰਨ ਨਾਲ ਕੁਛ ਪ੍ਰਾਪਤ ਹੋ ਸਕਦਾ ਹੈ? ਹਾਂ, ਹੰਕਾਰ ਜ਼ਰੂਰ ਵੱਧ ਸਕਦਾ ਹੈ, ਹੰਕਾਰ ਜ਼ਰੂਰ ਵੱਧ ਸਕਦਾ ਕਿ ਮੈਂ ਬੜਾ ਜਾਪ ਕਰਦਾ ਹਾਂ। ਜੇ ਮਨੁੱਖ ਦੀ ਇੱਕ ਜੀਵ ਤੋਂ ਲੱਖਾਂ ਜੀਵਾਂ ਅਤੇ ਲੱਖ ਤੋਂ 20 ਲੱਖ ਜੀਵਾਂ ਵੀ ਹੋ ਜਾਣ, ਇਸ ਨਾਲ ਆਤਮਕ ਜੀਵਨ ਦਾ ਸਵਰਨਾ ਕੁਝ ਵੀ ਨਹੀਂ ਹੈ। ਸਾਰੇ ਸੰਸਾਰ ਦੀ ਕਿੰਨੀ ਆਬਾਦੀ ਹੈ? ਅਰਬਾਂ ਤੋਂ ਉੱਪਰ ਪਹੁੰਚ ਜਾਂਦੀ ਹੈ, ਅਰਬ ਤੋਂ। ਅਤੇ ਹਰ ਕੋਈ ਇਨਸਾਨ ਆਪੋ ਆਪਣੇ ਧਰਮ ਦੇ ਮੁਤਾਬਕ ਪਰਮਾਤਮਾ ਨੂੰ ਯਾਦ ਕਰਦਾ ਹੈ, ਉਹਦਾ ਕੋਈ ਨਾਮ ਲੈ ਕੇ।
ਬਾਬਾ ਕਬੀਰ ਜੀ ਨੇ ਬੜਾ ਪਿਆਰਾ ਖਿਆਲ ਦਿੱਤਾ, ਕਹਿਣ ਲੱਗੇ ਰਾਮ ਰਾਮ ਕਰਦਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਰਾਮ ਰਾਮ ਤਾਂ ਹਰ ਕੋਈ ਕਹਿ ਰਿਹਾ, ਅੱਲਾ ਅੱਲਾ ਤਾਂ ਹਰ ਕੋਈ ਕਹਿ ਰਿਹਾ ਹੈ। ਇਹ ਜੋ ਰੈਪੀਟੇਸ਼ਨ ਹੋ ਰਹੀ ਹੈ, ਭਾਵੇਂ ਲੱਖਾਂ ਵਾਰੀ ਕੀਤੀ ਜਾਵੇ, ਹਾਂ ਬਾਬਾ ਕਬੀਰ ਜੀ ਨੇ ਤਾਂ ਗੱਲ ਹੀ ਸਿਰੇ ਲਾ ਦਿੱਤੀ। ਕਹਿਣ ਲੱਗੇ ਰਾਮ ਰਾਮ ਕਰਦਾ ਸਭ ਜੱਗ ਫਿਰੇ, ਜਗਤ ਵਿੱਚ ਕਿੰਨੇ ਲੋਕ ਨੇ, ਇੱਥੇ ਤਾਂ ਲੱਖਾਂ ਕਰੋੜਾਂ ਤੋਂ ਵੀ ਉੱਪਰ ਗੱਲ ਟੱਪ ਗਈ, ਰਾਮ ਨਾ ਪਾਇਆ ਜਾਏ। ਮੁੱਖੋਂ ਹਰ ਹਰ ਸਭ ਕੋ ਕਰੈ, ਹਿਰਦੈ ਵਿਰਲੇ ਵਸਾਇਆ, ਕਿਸੇ ਵਿਰਲੇ ਨਹੀਂ ਆਪਣੇ ਹਿਰਦੇ ਵਿੱਚ ਵਸਾਇਆ ਹੈ। ਖੇਡ ਤਾਂ ਹਿਰਦੇ ਵਿੱਚ ਵਸਾਉਣ ਦੀ ਏ। ਬਾਬਾ ਕਬੀਰ ਜੀ ਦੇ ਸਲਾਈਡ 'ਤੇ ਤੁਸੀਂ ਬਚਨ ਦੇਖ ਰਹੇ ਹੋ, ਥੋੜ੍ਹਾ ਜਿਹਾ ਧਿਆਨ ਦਈਏ ਉਹਨਾਂ ਬਚਨਾਂ ਵੱਲ। ਕਬੀਰ ਸਾਹਿਬ ਆਖਦੇ ਨੇ, ਕਹੋ ਕਬੀਰ, ਹੇ ਕਬੀਰ ਆਖ, ਜਾਣੇਗਾ ਸੋਏ ਉਹੀ ਜਾਣ ਸਕੇਗਾ, ਹਿਰਦੇ ਰਾਮ, ਪਹਿਲੋਂ ਹਿਰਦੇ 'ਚ ਰਾਮ ਹੋਣਾ ਚਾਹੀਦਾ, ਮੁੱਖ ਰਾਮੇ ਹੋਏ ਫਿਰ ਮੁੱਖ 'ਤੇ ਆਵੇ। ਜਦੋਂ ਹਿਰਦੇ 'ਚੋਂ ਗੱਲ ਉੱਠੇਗੀ ਨਾ, ਜਦੋਂ ਹਿਰਦੇ 'ਚੋਂ ਪੁਕਾਰ ਉੱਠੇਗੀ ਨਾ, ਉਹ ਆਪਣੇ ਆਪ ਮੂੰਹ 'ਤੇ ਆ ਜਾਵੇਗੀ। ਫਾਰ ਐਗਜ਼ਾਮਪਲ, ਸਾਡੇ ਲੱਤ 'ਤੇ ਦਰਦ ਹੁੰਦੀ ਹੋਵੇ, ਸਿਰ 'ਤੇ ਦਰਦ ਹੁੰਦੀ ਹੋਵੇ, ਸਾਡੇ ਕਿਸੇ ਵੀ ਸਰੀਰ ਦੇ ਇੰਟਰਨਲ ਪਾਰਟ 'ਤੇ ਦਰਦ ਹੁੰਦੀ ਹੋਵੇ, ਪਹਿਲਾਂ ਉੱਥੋਂ ਦਰਦ ਉੱਠਦੀ ਹੈ, ਫਿਰ ਸਾਡੀ ਜ਼ਬਾਨ 'ਚ ਆਉਂਦੀ, ਜਿਸ ਨੂੰ ਅਸੀਂ ਐਕਸਪਲੇਨ ਕਰਦੇ ਹਾਂ, ਆਖਦੇ ਹਾਂ ਮੇਰੇ ਪੇਨ ਹੋ ਰਹੀ ਹੈ। ਪਹਿਲਾਂ ਅੰਦਰੋਂ ਹਿਰਦੈ ਰਾਮ, ਹਿਰਦਿਓਂ ਮੁੱਖ ਰਾਮੈ ਹੋਏ ਫਿਰ ਗੱਲ ਬਣਨੀ ਹੈ। ਪਰ ਹਿਰਦੇ 'ਚ ਤਾਂ ਰਾਮ ਹੈ ਹੀ ਨਹੀਂ। ਮੇਰੀਆਂ ਭੈਣਾਂ, ਮੇਰੇ ਵੀਰ, ਮੇਰੀਆਂ ਮਾਤਾਵਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੀਆਂ ਨੇ। ਸਤਿਗੁਰ ਪਾਤਸ਼ਾਹ ਬੜੇ ਪਿਆਰ ਨਾਲ ਆਖਦੇ ਨੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਮਨ 'ਚ ਪਹਿਲੋਂ ਪ੍ਰੀਤ ਪੈਦਾ ਕਰ, ਫਿਰ ਮੁੱਖੋਂ ਆਪਣੇ ਆਪ ਗੱਲ ਬਣੂਗੀ। ਜਿਨ ਕਹਿ ਹਿਰਦੇ ਕਪਟ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਹੀ ਕਪਟ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਖੁਣਸ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਈਰਖਾ ਦੀ ਭਾਵਨਾ ਹੈ, ਦਵੈਸ਼ ਦੀ ਭਾਵਨਾ ਹੈ, ਵਾਸ਼ਨਾ ਹੈ, ਉਹਨਾਂ ਦੇ ਮੁੱਖ ਤੋਂ ਰਾਮ ਕਿੱਥੋਂ ਨਿਕਲੂਗਾ। ਜਿਨ ਕਹਿ ਹਿਰਦੇ ਕਪਟ ਹੈ, ਬਾਹਰੋਂ ਸੰਤ ਕਹਾਂ ਹੈ, ਬਾਹਰੋਂ ਆਪਣੇ ਆਪ ਨੂੰ ਸੰਤ ਖਵਾਉਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਹਿਰਦੇ 'ਚ ਕਪਟ ਨਾ ਰੱਖ, ਹਿਰਦਾ ਨਿਰਮਲ ਹੋਣਾ ਚਾਹੀਦਾ, ਹਿਰਦਾ ਪਵਿੱਤਰ ਹੋਣਾ ਚਾਹੀਦਾ, ਹਿਰਦੇ 'ਚ ਪ੍ਰੇਮ ਦੀ ਭਾਵਨਾ ਹੋਣੀ ਚਾਹੀਦੀ। ਪਰ ਸਾਡੀ ਹਾਲਤ ਕਿਹੋ ਜਿਹੀ ਹੈ, ਸਾਡੀ ਹਾਲਤ। ਭਗਤ ਨਾਮਦੇਵ ਜੀ ਨੇ ਨਾ ਬੜਾ ਪਿਆਰਾ ਖਿਆਲ ਦਿੱਤਾ, ਕਹਿਣ ਲੱਗੇ ਸਾਪ ਕੁੰਚ ਛੋਡਾ, ਜਿਹੜਾ ਸਾਪ ਹੈ ਨਾ, ਉਹ ਆਪਣੀ ਕੁੰਜ ਨੂੰ ਕੁਝ ਮਹੀਨਿਆਂ ਬਾਅਦ ਉਤਾਰ ਦਿੰਦਾ ਹੈ। ਸ਼ਾਇਦ ਕਦੀ ਤੁਸੀਂ ਦੇਖੀ ਹੋਵੇ, ਉਹਨੇ ਆਪਣੀ ਕੁੰਜ ਉਤਾਰੀ ਹੁੰਦੀ ਹੈ। ਸਾਪ ਕੁੰਚ ਛੋਡਾ, ਉਹ ਆਪਣੀ ਕੁੰਜ ਨੂੰ ਉਤਾਰ ਦਿੰਦਾ, ਬਿਖ ਨਹੀਂ ਛੱਡਦਾ ਪਰ ਜ਼ਹਿਰ ਨਹੀਂ ਛੱਡਦਾ, ਜ਼ਹਿਰ ਉਹਦੇ ਅੰਦਰ ਏ। ਅਸੀਂ ਆਪਣੇ ਆਪ ਨੂੰ ਬਾਹਰੋਂ ਤਾਂ ਬਦਲ ਲੈਂਦੇ ਹਾਂ, ਮੇਰੇ ਵਰਗੇ ਬਾਹਰੋਂ ਤਾਂ ਧਾਰਮਿਕ ਕੱਪੜੇ ਪਹਿਣ ਲੈਣਗੇ, ਪਾਠ ਕਰਨ ਦਾ ਮੇਰੇ ਵਰਗੇ ਬੜਾ ਵਿਖਾਵਾ ਕਰ ਲੈਣਗੇ, ਪਰ ਅੰਦਰ ਚੇਂਜ ਨਹੀਂ ਆਇਆ। ਗੱਲ ਅੰਦਰੋਂ ਸ਼ੁਰੂ ਹੋਣੀ ਹੈ। ਮਾਫ ਕਰਨਾ, ਸੱਪ ਦੀ ਤਰ੍ਹਾਂ ਅਸੀਂ ਵੀ ਅੰਦਰ ਜ਼ਹਿਰ ਨਾਲ ਭਰੇ ਹੋਏ ਹਾਂ। ਕੋਈ ਕਾਮ ਦੇ ਜ਼ਹਿਰ ਨਾਲ ਭਰਿਆ ਹੈ, ਕੋਈ ਕ੍ਰੋਧ ਦੇ ਜ਼ਹਿਰ ਨਾਲ ਭਰਿਆ ਹੈ, ਕੋਈ ਲੋਭ ਦੇ ਜ਼ਹਿਰ ਨਾਲ ਭਰਿਆ ਹੈ, ਕੋਈ ਹੰਕਾਰ ਦੇ ਜ਼ਹਿਰ ਨਾਲ ਭਰਿਆ ਹੋਇਆ ਹੈ। ਮਨੁੱਖ ਨੇ ਆਪਣੇ ਅੰਦਰ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੀ, ਇਹ ਪਰਮਾਤਮਾ ਵੱਲੋਂ ਮਿਲੇ ਹੋਏ ਗਿਫਟ ਸਨ, ਪਰ ਇਹਨਾਂ ਨੂੰ ਵਿਕਾਰ ਬਣਾ ਕੇ ਜ਼ਹਿਰ ਦਾ ਰੂਪ ਦੇ ਦਿੱਤਾ ਹੈ। ਕਿਸੇ ਹੋਸਪਿਟਲ ਦੇ ਬਾਹਰ ਨਾ ਇੱਕ ਤਖਤੀ ਲੱਗੀ ਹੋਈ ਸੀ। ਉਸ ਤਖਤੀ 'ਤੇ ਲਿਖਿਆ ਹੋਇਆ ਸੀ, ਇੱਕ ਬੰਦੇ ਨੂੰ ਬਿਛੂ ਨੇ ਕੱਟ ਲਿਆ, ਉਹ ਹੋਸਪਿਟਲ ਦੇ ਵਿੱਚ 4 ਘੰਟੇ ਰਿਹਾ, ਉਹਦੀ ਮੈਡੀਸਿਨ ਦਵਾ ਦਾਰੂ ਕੀਤੀ ਗਈ, ਅਤੇ ਉਹਨੂੰ ਦੁਪਹਿਰ ਤੋਂ ਬਾਅਦ ਜਾਂ ਕਹਿ ਲਓ ਸ਼ਾਮ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ। ਕਹਿੰਦੇ ਨੇ ਇੱਕ ਵਿਅਕਤੀ ਨੂੰ ਸੱਪ ਨੇ ਕੱਟ ਲਿਆ, ਉਹ ਪੂਰਾ ਇੱਕ ਦਿਨ ਹੋਸਪਿਟਲ 'ਚ ਰਿਹਾ ਅਤੇ ਉਸਨੂੰ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ। ਕਹਿੰਦੇ ਨੇ ਇੱਕ ਵਿਅਕਤੀ ਨੂੰ ਕੁੱਤੇ ਨੇ ਕੱਟ ਲਿਆ, ਹਲਕਾਏ ਕੁੱਤੇ ਨੇ ਕੱਟ ਲਿਆ,
ਉਹ ਪੂਰਾ ਦਿਨ ਅਤੇ ਰਾਤ ਹੋਸਪਿਟਲ 'ਚ ਰਿਹਾ, ਅਗਲੇ ਦਿਨ ਉਸ ਨੂੰ ਛੁੱਟੀ ਕੱਢ ਲਈ। ਪਰ ਥੱਲੇ ਜਿਹੜੀ ਲਾਈਨ ਲਿਖੀ ਹੋਈ ਸੀ ਨਾ, ਉਹਨੂੰ ਪੜ੍ਹ ਕੇ ਬੰਦਾ ਸਿਰ ਹੱਥ 'ਚ ਫੜ ਲੈਂਦਾ ਸੀ। ਕਮਾਲ ਦੀ ਗੱਲ ਕਹਿ ਦਿੱਤੀ ਇਸ ਬੰਦੇ ਨੇ, ਕਹਿਣ ਲੱਗਾ ਕਿਸੇ ਬੰਦੇ ਨੂੰ ਬੰਦੇ ਨੇ ਕੱਟਿਆ, ਕਿਸੇ ਬੰਦੇ ਨੂੰ ਬੰਦੇ ਨੇ ਕੱਟਿਆ, ਅੱਜ ਤੱਕ ਹੋਸ਼ ਆਉਣ ਦਾ ਨਾਂ ਨਹੀਂ ਲੈ ਰਿਹਾ। ਕਿੰਨਾ ਜ਼ਹਿਰ ਏ, ਹਿਰਦੇ ਜਿਨ ਕੇ ਕਪਟ ਹੈ, ਬਾਹਰੋਂ ਸੰਤ ਕਹਾਂ ਹੈ। ਹਿਰਦੇ 'ਚ ਤਾਂ ਸਾਡਾ ਕਪਟ ਏ, ਖੁਣਸ ਏ, ਈਰਖਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਸੱਜਣਾ ਜਿਸ ਸ਼ਬਦ ਦਾ ਪਾਠ ਕਰ ਰਿਹਾ ਹੈ ਨਾ ਤੂੰ, ਅਸੀਂ ਪਰਮਾਤਮਾ ਨੂੰ ਕਿਸੇ ਵੀ ਨਾਮ ਨਾਲ ਯਾਦ ਕਰਦੇ ਹਾਂ। ਹੁਣ ਇੱਥੇ ਜਿਹੜੀ ਗੱਲ ਧਿਆਨ ਦੇਣ ਵਾਲੀ ਹੈ, ਅਸੀਂ ਪਰਮਾਤਮਾ ਨੂੰ ਜਦੋਂ ਕਿਸੇ ਵੀ ਨਾਮ ਨਾਲ ਯਾਦ ਕਰਦੇ ਹਾਂ, ਧਿਆਨ 'ਚ ਰੱਖਣਾ ਅਸੀਂ ਪਰਮਾਤਮਾ ਦੇ ਉਸ ਗੁਣ ਨੂੰ ਯਾਦ ਕਰ ਰਹੇ ਹੁੰਦੇ ਹਾਂ। ਮੰਨ ਲਓ ਅਸੀਂ ਆਖਦੇ ਹਾਂ ਰਾਮ, ਪਰਮਾਤਮਾ ਦਾ ਗੁਣ ਹੈ ਉਹ ਰਮਿਆ ਹੋਇਆ ਹੈ। ਅਸੀਂ ਆਖਦੇ ਹਾਂ ਪਰਵਤਗਾਰ, ਪਰਮਾਤਮਾ ਦਾ ਗੁਣ ਹੈ ਉਹ ਪਾਲਣਾ ਕਰਨ ਵਾਲਾ ਹੈ। ਅਸੀਂ ਆਖਦੇ ਹਾਂ ਦਿਆਲੂ, ਦਿਆਲੂ ਕਹਿੰਦੇ ਹਾਂ ਪਰਮਾਤਮਾ ਦਾ ਗੁਣ ਹੈ ਉਹ ਦਇਆ ਕਰਨ ਵਾਲਾ। ਪਰਮਾਤਮਾ ਦੇ ਜਿੰਨੇ ਵੀ ਨਾਮ ਨੇ ਗੁਣ ਵਾਚਕ ਨੇ, ਪਰ ਜਿਤਨਾ ਚਿਰ ਤੱਕ ਅਸੀਂ ਉਹ ਨਾਮ ਜੋ ਆਪਣੀ ਜ਼ਬਾਨ ਤੋਂ ਲੈ ਕੇ ਆਪਣੇ ਅੰਦਰ ਨਹੀਂ ਨਾ ਉਤਾਰਦੇ, ਉਹ ਨਾਮ ਵਾਲੇ ਗੁਣ ਨੂੰ ਅੰਦਰ ਨਹੀਂ ਉਤਾਰਦੇ, ਹਿਰਦੇ 'ਚ ਨਹੀਂ ਵਸਾਉਂਦੇ, ਉਹਨਾਂ ਚਿਰ ਤੱਕ ਗੱਲ ਨਹੀਂ ਬਣਨੀ। ਅਸੀਂ ਸਾਰੇ ਜਣੇ ਰੋਟੀ ਖਾਂਦੇ ਹਾਂ, ਠੀਕ ਹੈ ਨਾ, ਜਿਹੜੀ ਰੋਟੀ ਅਸੀਂ ਖਾਂਦੇ ਹਾਂ ਉਸ ਨੂੰ ਚਿੱਤ ਕੇ ਅਸੀਂ ਆਪਣੇ ਅੰਦਰ ਲੈ ਜਾਂਦੇ ਹਾਂ। ਉਸੇ ਰੋਟੀ ਤੋਂ ਸਾਨੂੰ ਸਾਡੇ ਸਰੀਰ ਦਾ ਖੂਨ ਬਣਦਾ ਹੈ, ਠੀਕ ਹੈ, ਉਸੇ ਰੋਟੀ ਤੋਂ ਸਾਨੂੰ ਵਿਟਾਮਿਨ ਮਿਲਦੇ ਨੇ, ਉਹ ਰੋਟੀ ਖੁਰਾਕ ਬਣ ਕੇ ਸਾਡੇ ਸਰੀਰ ਨੂੰ ਤਾਕਤ ਦਿੰਦੀ ਹੈ, ਉਸੇ ਤਾਕਤ ਨਾਲ ਸਾਨੂੰ ਊਰਜਾ ਮਿਲਦੀ, ਸਾਡਾ ਸਰੀਰ ਚੱਲਦਾ ਹੈ। ਇੱਦਾਂ ਹੀ ਹੁੰਦਾ ਹੈ ਨਾ, ਇਹੀ ਪ੍ਰੋਸੈਸ ਹੈ ਨਾ, ਕਿ ਜਿਹੜੀ ਰੋਟੀ ਖਾ ਰਹੇ ਤੋਂ ਖੂਨ ਮਿਲਦਾ ਹੈ, ਵਿਟਾਮਿਨ ਮਿਲਦੇ, ਖੁਰਾਕ ਮਿਲਦੀ, ਤਾਕਤ ਮਿਲਦੀ, ਕਦੋਂ ਮਿਲਦੀ ਹੈ? ਜਦੋਂ ਸਾਡੇ ਸਰੀਰ ਦੇ ਅੰਦਰ ਜਾ ਕੇ ਰਚਮਚ ਜਾਂਦੀ, ਜਦੋਂ ਪਚ ਜਾਂਦੀ। ਸੇਮ ਇਸੇ ਤਰ੍ਹਾਂ ਜਿਹੜਾ ਨਾਮ ਅਸੀਂ ਲੈ ਰਹੇ ਹਾਂ ਉਹ ਵਾਲਾ ਗੁਣ ਜਦੋਂ ਸਾਡੇ ਜੀਵਨ ਅੰਦਰ ਆਏਗਾ, ਸਾਡੇ ਉਹ ਵਾਲਾ ਗੁਣ ਸਾਡੇ ਸੁਭਾਅ ਵਿੱਚ ਆਏਗਾ, ਸਾਡੇ ਵਿਹਾਰ ਵਿੱਚ ਆਵੇਗਾ, ਅਸੀਂ ਉਸ ਗੁਣ ਦੇ ਅਕੋਰਡਿੰਗ ਆਪਣੀ ਵਰਤੋਂ ਵਿਹਾਰ ਕਰਾਂਗੇ, ਇਹ ਸਾਡੀ ਭਗਤੀ ਹੋਵੇਗੀ, ਇਹ ਸਾਡਾ ਸਿਮਰਨ ਹੋਵੇਗਾ। ਮਾਫ ਕਰਨਾ, ਕਿਸੇ ਅਜਿਹੀ ਸਥਿਤੀ 'ਤੇ ਆਪਣੇ ਆਪ ਨੂੰ ਕੰਟਰੋਲ 'ਚ ਕਰ ਲੈਣਾ, ਸਵੈ ਕਾਬੂ ਕਰ ਲੈਣਾ, ਗੁੱਸੇ ਨੂੰ ਕਾਬੂ ਵਿੱਚ ਕਰ ਲੈਣਾ, ਇਹ ਕੋਈ ਆਮ ਖੇਡ ਨਹੀਂ ਹੈ। ਗੁਰੂ ਪਾਤਸ਼ਾਹ ਦੇ ਹੁਣ ਦੂਜੇ ਪਾਸੇ ਗੁਰੂ ਪਾਤਸ਼ਾਹ ਦੇ ਜੀਵਨ ਵੱਲ ਵੇਖੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿੰਨਾ ਮੰਦਾ ਚੰਗਾ ਬੋਲਿਆ ਹੋਵੇਗਾ, ਉਹਨਾਂ ਦਾ ਹਵਾਲਾ ਪਾਵਨ ਬਾਣੀ 'ਚ ਮਿਲਦਾ ਹੈ। ਗੁਰੂ ਅੰਗਦ ਪਾਤਸ਼ਾਹ ਨੂੰ ਕਿੰਨਾ ਮੰਦਾ ਚੰਗਾ ਬੋਲਿਆ ਗਿਆ ਹੋਵੇਗਾ, ਗੁਰੂ ਅਮਰਦਾਸ ਮਹਾਰਾਜ ਦੀਆਂ ਤਾਂ ਸ਼ਿਕਾਇਤਾਂ ਅਕਬਰ ਦੇ ਦਰਬਾਰ 'ਚ ਲੱਗ ਗਈਆਂ। ਗੁਰੂ ਰਾਮਦਾਸ ਮਹਾਰਾਜ ਨੂੰ ਉਹਨਾਂ ਦੇ ਭਾਈਚਾਰੇ ਵੱਲੋਂ ਜਾਂ ਉਸ ਸਮੇਂ ਦੇ ਲੋਕਾਂ ਵੱਲੋਂ ਕਿੰਨਾ ਮਾੜਾ ਚੰਗਾ ਬੋਲਿਆ ਗਿਆ ਹੋਵੇਗਾ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਦਿੱਤਾ ਗਿਆ। ਪਰ ਕਿੰਨੀਆਂ ਸ਼ਿਕਾਇਤਾਂ, ਕਿੰਨੀਆਂ ਵਿਰੋਧਤਾਂ ਦੇ ਬਾਵਜੂਦ ਵੀ ਜੋ ਗੁਣ ਗੁਰੂ ਪਾਤਸ਼ਾਹ ਦੇ ਅੰਦਰ ਸਨ, ਹਿਰਦੇ ਵਿੱਚ ਵਸੇ ਹੋਏ ਸਨ, ਉਹਨਾਂ ਨੇ ਆਪਣਾ ਸੁਭਾਅ, ਆਪਣਾ ਵਰਤੋਂ ਵਿਹਾਰ, ਆਪਣਾ ਲੈਣ ਦੇਣ ਉਹਦੇ ਅਕੋਰਡਿੰਗ ਕੀਤਾ। ਇਹ ਜਿਹੜਾ ਇਤਿਹਾਸ ਪੜ੍ਹਦੇ ਹਾਂ ਨਾ ਅਸੀਂ, ਇਹਦਾ ਮਕਸਦ ਹੀ ਇਹ ਆ ਕਿ ਜਦੋਂ ਸਾਨੂੰ ਗੁੱਸਾ ਆਵੇ, ਜਦੋਂ ਸਾਨੂੰ ਕ੍ਰੋਧ ਆਵੇ, ਜਦੋਂ ਸਾਡੇ ਅੰਦਰ ਹੰਕਾਰ ਆਵੇ, ਜਦੋਂ ਸਾਡੀ ਵਿਰੋਧਤਾ ਹੋਵੇ, ਜਦੋਂ ਸਾਨੂੰ ਮਾੜਾ ਚੰਗਾ ਕਿਹਾ ਜਾਏ, ਅਸੀਂ ਕਿਵੇਂ ਸਟੈਂਡ ਲੈਣਾ ਹੈ, ਇਹ ਸਾਨੂੰ ਆਪਣੇ ਗੁਰ ਇਤਿਹਾਸ ਤੋਂ ਸਿੱਖਣਾ ਪੈਣਾ ਹੈ ਕਿ ਗੁਰੂ ਪਾਤਸ਼ਾਹ ਨੇ ਸਮੇਂ ਕਿਵੇਂ ਸਟੈਂਡ ਲਿਆ ਸੀ, ਕਿਉਂਕਿ ਉਹਨਾਂ ਨੇ ਉਹੀ ਬਾਣੀ ਉਚਾਰਨ ਕੀਤੀ ਜਿਹੜੀ ਅਸੀਂ ਦਿਨ ਰਾਤ ਪੜ੍ਹਦੇ ਪਏ ਹਾਂ। ਤੋ ਬਾਣੀ ਜਦੋਂ ਸਾਡੇ ਅੰਦਰ ਵਸੂਗੀ ਨਾ, ਉਦੋਂ ਗੱਲ ਬਣਨੀ ਹੈ ਕਿ ਅਸੀਂ ਕਿਵੇਂ ਦਾ ਵਿਹਾਰ ਕਰਨਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਕਿਸੇ ਸ਼ਬਦ ਦੇ ਤੋਤਾ ਰਟਣ ਨਾਲ ਗੱਲ ਨਹੀਂ ਬਣਨੀ ਸੱਜਣਾ, ਉਹ ਸ਼ਬਦ ਵਾਲਾ ਗੁਣ ਜੀਵਨ 'ਚ ਆਉਣਾ ਚਾਹੀਦਾ ਹੈ। ਕਿ ਕੋਈ ਮਨੁੱਖ ਰੱਬੀ ਗੁਣਾਂ ਤੋਂ ਅਤੇ ਰੱਬੀ ਮਿਹਰ ਦੀ ਨਜ਼ਰ ਤੋਂ ਖਾਲੀ ਰਹਿ ਕੇ ਵੀ ਰੱਬ ਨਾਲ ਇੱਕਮਿਕ ਹੋ ਸਕਦਾ ਹੈ? ਹੁਣ ਇੱਕ ਸੋਚਣ ਵਾਲੀ ਗੱਲ, ਮੈਂ ਕਿਸੇ ਸ਼ਬਦ ਦਾ ਜਾਪ ਕਰਦਾ ਪਿਆ ਵਾਂ, ਪਰ ਮੇਰੇ ਸੁਭਾਅ ਅੰਦਰ ਗੁਣ ਕੋਈ ਨਹੀਂ ਹੈ, ਮੇਰੇ ਮੁੱਖ ਤੋਂ ਰਟਣ ਹੋ ਰਿਹਾ, ਹਿਰਦੇ ਤੋਂ ਨਹੀਂ ਹੋ ਰਿਹਾ। ਹੁਣ ਮੈਂ ਕਹਿੰਦਾ ਕਿ ਕੋਈ ਗੱਲ ਨਹੀਂ, ਮੈਂ ਇਹਨਾਂ ਰੱਬੀ ਗੁਣਾਂ ਤੋਂ ਬਗੈਰ, ਰੱਬ ਦੀ ਮਿਹਰ ਤੋਂ ਬਗੈਰ ਮੈਂ ਆਪਣੇ ਉੱਦਮ ਨਾਲ ਰੱਬ ਨਾਲ ਇੱਕਮਿਕ ਹੋ ਜਾਵਾਂਗਾ, ਪਰ ਖੇਡ ਤਾਂ ਨਹੀਂ ਨਾ ਬਣੇਗੀ। ਰੱਬੀ ਮਿਹਰ ਦਾ ਪਾਤਰ ਬਣਨ ਲਈ
ਅਤੇ ਆਤਮਕ ਗੁਣਾਂ ਦਾ ਧਾਰਨੀ ਹੋਣਾ ਬੜਾ ਜ਼ਰੂਰੀ ਹੈ। ਮਿਹਰ ਉਸੇ ਮਨੁੱਖ 'ਤੇ ਹੁੰਦੀ ਹੈ ਜਿਹੜਾ ਰੱਬੀ ਗੁਣਾਂ ਦਾ ਪਾਤਰ ਬਣਦਾ ਹੈ, ਅਤੇ ਰੱਬੀ ਗੁਣ ਹੀ ਸਾਨੂੰ ਪਰਮਾਤਮਾ ਨਾਲ ਇੱਕਮਿੱਕ ਹੋਣ ਦਾ ਵਸੀਲਾ ਬਣਦੇ ਨੇ। ਸਤਿਗੁਰਾਂ ਦੇ ਬੋਲ ਨੇ, ਗੁਰਮੁਖ ਹੋਵੇ ਸੋਈ ਬੂਝੇ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਹ ਇਸ ਗੱਲ ਨੂੰ ਸਮਝ ਲੈਂਦਾ ਹੈ। ਕਿਸ ਗੱਲ ਨੂੰ ਸਮਝ ਲੈਂਦਾ ਹੈ? ਗੁਣ ਕਹਿ ਗੁਣੀ ਸਮਾਵਣਿਆ। ਹੁਣ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵੱਲ ਧਿਆਨ ਮਾਰੀਏ। ਅਸੀਂ ਤੁਸੀਂ ਕੋਈ ਨਾ ਕੋਈ ਕਿਰਤ ਕਰਦੇ ਹੋਵਾਂਗੇ, ਕੋਈ ਬਿਜ਼ਨਸ ਕਰਦੇ ਹੋਵਾਂਗੇ, ਕੋਈ ਕੰਮ ਕਰਦੇ ਹੋਵਾਂਗੇ, ਜਾਂ ਸਾਡੇ ਅੰਦਰ ਬੰਦੇ ਕੰਮ ਕਰਦੇ ਹੋਣਗੇ, ਜਾਂ ਅਸੀਂ ਕਿਸੇ ਦੇ ਅੰਦਰ ਕੰਮ ਕਰਦੇ ਹੋਵਾਂਗੇ। ਕੀ ਸਾਨੂੰ ਕੰਮ 'ਤੇ ਜੇ ਕਿਸੇ ਨੇ ਰੱਖਿਆ ਹੈ, ਜਾਂ ਅਸੀਂ ਕਿਸੇ ਨੂੰ ਆਪਣੇ ਕੋਲ ਕੰਮ 'ਤੇ ਰੱਖਿਆ, ਉਹਦਾ ਰੰਗ ਰੂਪ ਵੇਖ ਕੇ ਰੱਖਿਆ ਹੈ? ਧਿਆਨ ਦੇਈਏ, ਉਹਦਾ ਰੰਗ ਰੂਪ ਵੇਖਿਆ ਹੈ? ਨਹੀਂ। ਕੀ ਦੇਖਿਆ ਹੈ? ਅਸੀਂ ਉਹਦਾ ਟੈਲੈਂਟ ਦੇਖਿਆ ਹੈ, ਉਹਦਾ ਗੁਣ ਦੇਖਿਆ ਹੈ, ਕਿਉਂਕਿ ਸਾਨੂੰ ਕੰਮ ਵਾਸਤੇ ਗੁਣੀ ਬੰਦੇ ਦੀ ਲੋੜ ਹੈ। ਅਸੀਂ ਉਹਦੀ ਯੋਗਤਾ ਦੇਖੀਏ ਕਿ ਇਹਦੇ 'ਚ ਉਹ ਗੁਣ ਹੈ ਨੇ। ਜੇ ਅਸੀਂ ਆਪਣੇ ਘਰ 'ਚ ਰੱਖਣਾ ਹੋਵੇ, ਆਪਣੀ ਫੈਕਟਰੀ 'ਚ ਰੱਖਣਾ, ਜਾਂ ਅਸੀਂ ਕਿਤੇ ਲੱਗਣਾ ਹੋਵੇ, ਤਾਂ ਸਾਡੇ ਗੁਣ ਨੂੰ ਵੇਖਿਆ ਜਾਂਦਾ, ਅਤੇ ਅਸੀਂ ਵੀ ਦੂਜੇ ਦੇ ਗੁਣ ਨੂੰ ਵੇਖਦੇ ਹਾਂ। ਜੇ ਸੰਸਾਰ ਦੇ ਵਿੱਚ ਕੰਮ ਕਰਦਿਆਂ ਗੁਣੀ ਹੀ ਗੁਣ ਦੀ ਹੀ ਲੋੜ ਪੈਂਦੀ ਹੈ, ਕੀ ਪਰਮਾਤਮਾ ਦਰਗਾਹ ਵਿੱਚ ਗੁਣ ਦੀ ਲੋੜ ਨਹੀਂ ਪੈਂਦੀ? ਪਰਮਾਤਮਾ ਨੇ ਤਾਂ ਸਾਡੇ ਸਰੀਰ ਅੰਦਰ ਸਾਰੇ ਗੁਣ ਪਾਏ ਹੋਏ ਨੇ। ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਪਰਮਾਤਮਾ ਨੇ ਆਹ ਜਿਹੜਾ ਸਰੀਰ ਹੈ ਇੱਕ ਸਰੋਵਰ ਹੈ, ਇਸ ਸਰੋਵਰ 'ਚ ਸਾਰੇ ਗੁਣ ਆਪਣੇ ਵਾਲੇ ਪਾ ਦਿੱਤੇ ਨੇ। ਜਦੋਂ ਆਖਦੇ ਨੇ ਕਹੋ ਕਬੀਰ ਇਹ ਰਾਮ ਕੀ ਅੰਸ਼ ਕਿ ਪਰਮਾਤਮਾ ਦੀ ਅੰਸ਼ ਹੈ, ਆਤਮਾ ਪਰਮਾਤਮਾ, ਤਾਂ ਫਿਰ ਪਰਮਾਤਮਾ ਵਾਲੇ ਗੁਣ ਤਾਂ ਹੋਣਗੇ ਨਾ। ਫਾਰ ਐਗਜ਼ਾਮਪਲ, ਇੱਕ ਬੱਚੇ ਦੇ ਅੰਦਰ ਜੇਕਰ ਆਪਣੇ ਦਾਦੇ ਵਾਲੀਆਂ ਆਦਤਾਂ ਹੋ ਸਕਦੀਆਂ ਨੇ, ਆਪਣੇ ਪਿਤਾ ਵਾਲੀਆਂ ਆਦਤਾਂ ਹੋ ਸਕਦੀਆਂ, ਅਸੀਂ ਕਹਿੰਦੇ ਨੇ ਛੋਟੇ ਬੱਚੇ ਨੂੰ ਸ਼ਰਾਰਤਾਂ ਕਰਦਿਆਂ ਵੇਖ ਕੇ ਕਹਿ ਨਹੀਂ ਦਿੰਦੇ ਕਿ ਨੀਰਾ ਆਪਣੇ ਦਾਦੇ 'ਤੇ ਗਿਆ ਵਾ, ਆਪਣੇ ਦਾਦੇ ਦੀ ਤਰ੍ਹਾਂ ਐਕਟਿੰਗ ਕਰਦਾ, ਆਪਣੇ ਪਿਤਾ 'ਤੇ ਗਿਆ ਵਾ, ਉਹ ਵੀ ਇਸੇ ਤਰ੍ਹਾਂ ਕਰਦਾ ਹੈ। ਇਹਦੀਆਂ ਆਦਤਾਂ ਕਹਿੰਦੇ ਨੇ ਉਹਨਾਂ ਮਿਲਦੀਆਂ ਨੇ। ਅਤੇ ਜੇ ਸਾਡੀ ਆਤਮਾ ਪਰਮਾਤਮਾ ਦੀ ਅੰਸ਼ ਹੈ, ਤਾਂ ਪਰਮਾਤਮਾ ਵਾਲੇ ਗੁਣ ਸਾਡੇ ਅੰਦਰ ਹੋਣੇ ਚਾਹੀਦੇ। ਤਾਂ ਉਹ ਗੁਣ ਅਸੀਂ ਕਿੰਨੇ ਕੁ ਵਰਤੇ ਨੇ ਇਹ ਨਿਰਭਰ ਕਰਦਾ ਹੈ, ਅਸੀਂ ਉਹ ਗੁਣ ਅਸੀਂ ਸੁਭਾਅ ਵਿੱਚ ਕਿੰਨੇ ਕੁ ਲੈਂਦੇ ਨੇ। ਜਦੋਂ ਗੁਰੂ ਦੇ ਸ਼ਬਦ ਦੇ ਮੁਤਾਬਕ ਚੱਲਦੇ ਹਾਂ, ਅਸੀਂ ਉਹਨਾਂ ਗੁਣਾਂ ਦੇ ਧਾਰਨੀ ਹੋਵਾਂਗੇ, ਫਿਰ ਅਸੀਂ ਗੁਣ ਕਹਿ ਗੁਣੀ ਸਮਾਵਣਿਆਂ ਦੇ ਮਾਂ ਵਾਕ ਅਨੁਸਾਰ ਪਰਮਾਤਮਾ ਦੇ ਗੁਣ ਜਿੱਥੇ ਗਾਏ ਜਾਣਗੇ ਉੱਥੇ ਸੁਭਾਅ ਅੰਦਰ ਲੈ ਜਾਣਗੇ, ਅਸੀਂ ਪਰਮਾਤਮਾ ਵਿੱਚ ਇੱਕਮਿਕ ਹੋ ਜਾਵਾਂਗੇ। ਗੁਣ ਹੀ ਵਸੀਲਾ ਹੈ ਅਵਗੁਣਾਂ ਨੂੰ ਜੀਵਨ ਅੰਦਰੋਂ ਦੂਰ ਕਰਨਾ ਅਤੇ ਗੁਣਾਂ ਨੂੰ ਜੀਵਨ ਅੰਦਰ ਲੈ ਆਉਣਾ। ਇਹ ਸਭ ਤੋਂ ਵੱਡੀ ਭਗਤੀ ਜੋ ਬੜਾ ਔਖਾ ਕੰਮ, ਜੋ ਆਪਣੇ ਜੀਵਨ ਵਿਚਲੀਆਂ ਬਰਿਆਈਆਂ ਨੂੰ ਦੂਰ ਕਰ ਲੈਣਾ, ਕਮਜ਼ੋਰੀਆਂ ਨੂੰ ਦੂਰ ਕਰ ਲੈਣਾ, ਆਪਣੇ ਐਬਾਂ ਨੂੰ ਦੂਰ ਕਰ ਲੈਣਾ, ਆਪਣੀਆਂ ਬਰਿਆਈਆਂ ਨੂੰ ਦੂਰ ਕਰਕੇ ਉਹਦੀ ਥਾਂ 'ਤੇ ਚੰਗੇ ਗੁਣ ਲੈ ਆਉਣਾ। ਅਸੀਂ ਜਦੋਂ ਸਾਡੇ ਕੋਲ ਪੈਸੇ ਆਉਂਦੇ ਨੇ, ਅਸੀਂ ਆਪਣੇ ਘਰ ਦਾ ਫਰਨੀਚਰ ਤਾਂ ਚੇਂਜ ਕਰ ਲੈਂਦੇ ਹਾਂ, ਜੇ ਕਿਤੇ ਸਾਡੇ ਕੋਲ ਚਾਰ ਪੈਸੇ ਜ਼ਿਆਦਾ ਆ ਸਕਣ, ਗੱਡੀ ਵੀ ਚੇਂਜ ਕਰ ਲੈਂਦੇ ਹਾਂ ਕਿ ਇਹ ਨਹੀਂ ਇਹ ਲੈਈਏ, ਇਹ ਘਰ ਸੋਹਣੀ ਲੱਗਦੀ। ਜੇ ਸਾਨੂੰ ਲੱਗਦਾ ਹੈ ਕਿ ਹੁਣ ਘਰ ਵਾਹਵਾ ਪੁਰਾਣਾ ਹੋ ਗਿਆ, ਇੱਥੇ ਇੰਨਾ ਚਿਰ ਰਹਿੰਦੇ ਹਾਂ, ਫਲਾਣੀ ਥਾਂ ਫਲੈਟ ਚੰਗਾ ਮਿਲਦਾ ਪਿਆ, ਅਸੀਂ ਉਹ ਲੈ ਲੈਂਦੇ, ਚੇਂਜ ਕਰ ਲੈਂਦੇ ਹਾਂ, ਕਰਦੇ ਹਾਂ ਨਾ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵਿੱਚੋਂ ਵੀ ਬਰਿਆਈਆਂ ਨੂੰ ਦੂਰ ਕਰ, ਬਾਹਰ ਕੱਢ, ਔਗੁਣਾਂ ਨੂੰ ਲਿਆਉਣ ਦਾ ਯਤਨ ਕਰੀਏ, ਕਿਉਂਕਿ ਇਹ ਗੁਣ ਹੀ ਸਾਨੂੰ ਪਰਮਾਤਮਾ ਨਾਲ ਮਿਲਾਉਣਗੇ। ਅਤੇ ਗੁਣ ਤੋਂ ਵੱਡੀ ਭਗਤੀ ਕੋਈ ਨਹੀਂ। ਜੋ ਔਗੁਣਾਂ ਨੂੰ ਬਾਹਰ ਕੱਢਣਾ ਅਤੇ ਗੁਣਾਂ ਨੂੰ ਲਿਆਉਣਾ, ਇਹ ਸਭ ਤੋਂ ਵੱਡੀ ਭਗਤੀ ਹੈ। ਸੋ ਸੁਣ ਗੱਲਾਂ ਆਕਾਸ਼ ਕੀਟਾਂ ਆਈ ਰੀਸ। ਸਤਿਗੁਰੂ ਜੀ ਕਹਿਣ ਲੱਗੇ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਇਹ ਹੁਣ ਸਤਿਗੁਰ ਦਾ ਵਿਚਾਰ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਆਪਣਾ ਵਿਚਾਰ ਹੈ। ਸਤਿਗੁਰੂ ਜੀ ਕਹਿਣ ਲੱਗੇ, ਜੋਗੀਓ, ਕੇਵਲ ਸ਼ਬਦ ਨਾਲ, ਕਿਸੇ ਅੱਖਰ ਦੇ ਜਾਪ ਕਰਨ ਨਾਲ ਗੱਲ ਕੋਈ ਨਹੀਂ ਬਣਨੀ। ਤੁਹਾਡੀ ਤਾਂ ਹਾਲਤ ਉਹ ਹੈ, ਸੁਣ ਗੱਲਾਂ ਆਕਾਸ਼ ਕੀਟਾਂ ਆਈ। ਕੀਟਾਂ ਦਾ ਮਤਲਬ ਕੀੜਿਆਂ ਨੇ, ਕਿ ਆਕਾਸ਼ 'ਚ ਉੱਡਣ ਵਾਲਿਆਂ ਦੀ ਨਕਲ ਤੁਸੀਂ ਕਰਨ ਲੱਗੇ ਹੋ। ਤਾਂ ਨਕਲ ਕਰਨ ਦਾ ਤਰੀਕਾ ਕੀ ਹੈ? ਤੁਸੀਂ ਕਿਸ ਸ਼ਬਦ ਦਾ ਜਾਪ ਕਰੀ ਜਾ ਰਹੇ ਹੋ, ਪਰ ਭੁਲੇਖੇ 'ਚ ਜੋ ਨਕਲ ਵੀ ਅਕਲ ਨਾਲ ਹੋਣੀ ਹੈ। ਕਿਸੇ ਸ਼ਬਦ ਦਾ ਜਾਪ ਤੁਹਾਨੂੰ ਆਤਮ ਮੰਡਲ ਦੀਆਂ ਉਡਾਰੀਆਂ ਨਹੀਂ ਲਵਾ ਸਕਦਾ, ਤੁਹਾਨੂੰ ਰੂਹਾਨੀਅਤ ਦੇ ਮੰਡਲ 'ਚ ਨਹੀਂ ਲਿਜਾ ਸਕਦਾ,
ਤੁਹਾਨੂੰ ਤੁਹਾਡੇ ਆਪੇ ਦੀ ਪਛਾਣ ਨਹੀਂ ਕਰਾ ਸਕਦਾ, ਤੁਹਾਡੇ ਅੰਦਰੋਂ ਹੰਕਾਰ ਦੂਰ ਨਹੀਂ ਕਰ ਸਕਦਾ। ਹੰਕਾਰ ਤਦੋਂ ਹੀ ਦੂਰ ਹੋਵੇਗਾ ਜਦੋਂ ਰੱਬੀ ਗੁਣ ਜੀਵਨ ਅੰਦਰ ਆਉਣੇ ਸ਼ੁਰੂ ਹੋ ਜਾਣਗੇ। ਸੁਣ ਗੱਲਾਂ ਆਕਾਸ਼ ਕੀ, ਦੂਜਿਆਂ ਦੀ ਨਕਲ ਕਰਨੀ, ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਪਹੁੰਚ ਗਏ ਨੇ, ਪਰਮਾਤਮਾ ਨਾਲ ਇੱਕਮਿਕ ਹੋ ਗਏ ਨੇ, ਤੁਸੀਂ ਉਹਨਾਂ ਦੀ ਨਕਲ ਕਰਨ ਦੀ ਸੋਚ ਰਹੇ ਹੋ, ਤੁਹਾਡੀ ਨਕਲ ਕਰਨੀ ਇਵੇਂ ਦੀ ਆ ਜਿਵੇਂ ਕੀੜੇ ਆਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਦੀ ਰੀਸ ਕਰਨੀ ਚਾਹੁਣ, ਕਰ ਸਕਦੇ ਨੇ? ਨਹੀਂ ਕਰ ਸਕਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਯੋਗੀਆਂ ਨਾਲ ਆਪਣਾ ਮਤ ਰੱਖਿਆ। ਹੁਣ ਸਰ ਵਿਚਾਰ ਚੱਲ ਰਹੀ ਸੀ, ਪ੍ਰਾਣ ਪੱਥੀਆਂ ਨਾਲ ਆਪਣਾ ਖਿਆਲ ਰੱਖਿਆ। ਸਤਿਗੁਰੂ ਜੀ ਨੇ ਦੱਸਿਆ ਕਿ ਗੁਰਮਤ ਦਾ ਮਾਰਗ ਪ੍ਰੇਮਾ ਭਗਤੀ ਦਾ ਮਾਰਗ। ਸਾਡੇ ਮਨ 'ਚ ਕਈ ਵਾਰ ਖਿਆਲ ਪੈਦਾ ਹੁੰਦਾ ਹੈ, ਅਸੀਂ ਵੀ ਸੋਚਦੇ ਹਾਂ ਕਿ ਗੁਰਮਤ ਦਾ ਮਾਰਗ ਭਗਤੀ ਦਾ ਮਾਰਗ ਹੈ ਜਾਂ ਤੋਤਾ ਰਟਣ ਗਿਣਤੀਆਂ ਮਿੰਤੀਆਂ ਦਾ ਮਾਰਗ ਹੈ। ਗੁਰਮਤ ਦਾ ਮਾਰਗ ਸਿਰਫ ਪ੍ਰੇਮ ਦਾ ਮਾਰਗ ਹੈ, ਸਾਰੀ ਖੇਡ ਪ੍ਰੇਮ 'ਤੇ ਆ। ਜਦੋਂ ਅਸੀਂ ਉਸਨੂੰ ਪਿਆਰ ਨਾਲ ਯਾਦ ਕਰਾਂਗੇ ਉਹ ਸਾਡੇ ਅੰਗ ਸੰਗ ਹੋਵੇਗਾ। ਸਤਿਗੁਰੂ ਜੀ ਤਾਂ ਵਾਰ ਵਾਰ ਇਹ ਗੱਲ ਆਖਦੇ ਨੇ, ਰੇ ਮਨ ਐਸੀ ਹਰਸੋਂ ਪ੍ਰੀਤ ਕਰ, ਮੇਰੇ ਮਨਾ ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ। ਕਿਹੋ ਜਿਹਾ? ਜੈਸੀ ਜਲ ਕਮਲੇ, ਜਿਵੇਂ ਦਾ ਜਲ ਦਾ ਕਮਲ ਨਾਲ ਹੈ, ਲਹਿਰੀ ਨਾਲ ਪਛਾੜੀਏ। ਪਾਣੀ ਨਾ ਲਹਿਰਾਂ ਦੇ ਰੂਪ ਵਿੱਚ ਆ ਕੇ ਕਮਲ ਨੂੰ ਪਛਾਣ ਤੱਕਦਾ ਹੈ। ਪੀ ਵਿਗਸੇ ਅਸਨੇ, ਪਰ ਉਹਦੇ ਮਨ 'ਚ, ਕਮਲ ਦੇ ਮਨ 'ਚ ਪਾਣੀ ਪ੍ਰਤੀ ਪਿਆਰ ਹੀ ਪੈਦਾ ਹੁੰਦਾ ਹੈ। ਭਾਵੇਂ ਬੇਸ਼ੱਕ ਉਹਨੂੰ ਪਛਾਣ ਤੱਕਦਾ ਹੈ ਪਰ ਪਛਾਣ ਨਹੀਂ ਮੁੜਦਾ, ਉਹਦਾ ਉਹਦੇ ਨਾਲ ਪਿਆਰ ਹੈ। ਰੇ ਮਨ ਹਰ ਸਿਉਂ ਐਸੀ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਅਵਟਣ ਆਪੇ ਖਪੈ, ਦੁੱਧ ਕੋ ਖਪਣ ਨਾ ਦੇ। ਸਤਿਗੁਰੂ ਜੀ, ਹੇ ਮੇਰੇ ਮਨ ਪਿਆਰ ਕਰ ਜਿਵੇਂ ਦਾ ਦੁੱਧ ਅਤੇ ਪਾਣੀ ਦਾ ਹੈ। ਜਦੋਂ ਮੇਰੀਆਂ ਭੈਣਾਂ ਆਪਣੇ ਘਰਾਂ ਵਿੱਚ ਦੁੱਧ ਗਰਮ ਕਰਨ ਲਈ ਰੱਖਦੀਆਂ, ਉਹਨਾਂ ਨੇ ਖਿਆਲ ਕੀਤਾ ਹੋਵੇਗਾ, ਜਿਉਂ ਜਿਉਂ ਅੱਗ ਦਾ ਸੇਕ ਦੁੱਧ ਨੂੰ ਲੱਗਦਾ ਹੈ ਨਾ, ਅਤੇ ਪਾਣੀ ਦੁੱਧ ਨੂੰ ਆਂਚ ਨਹੀਂ ਆਉਣ ਦਿੰਦਾ, ਆਪ ਪਹਾਵ ਬਣ ਕੇ ਉੱਡ ਜਾਂਦਾ ਹੈ, ਆਪ ਕੁਰਬਾਨ ਹੋ ਜਾਂਦਾ ਪਰ ਦੁੱਧ ਨੂੰ ਸੇਕ ਨਹੀਂ ਆਉਣ ਦਿੰਦਾ। ਅਵਟਣ ਆਪੇ ਖਪੈ, ਉਹ ਆਪ ਖਪਦਾ ਹੈ ਪਰ ਦੁੱਧ ਨੂੰ ਸੇਕ ਨਹੀਂ ਆਉਣ ਦਿੰਦਾ। ਸਾਹਿਬ ਕਹਿਣ ਲੱਗੇ, ਹੇ ਮੇਰੇ ਮਨ ਪਰਮਾਤਮਾ ਨਾਲ ਵੀ ਇਹੋ ਜਿਹਾ ਪਿਆਰ ਕਰ, ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ, ਪਰਮਾਤਮਾ ਸਾਡੇ ਧਨ ਦਾ ਭੁੱਖਾ ਨਹੀਂ ਹੈ, ਪਰਮਾਤਮਾ ਸਾਡੀ ਦੌਲਤ ਦਾ ਭੁੱਖਾ ਨਹੀਂ ਹੈ, ਪਰਮਾਤਮਾ ਸਾਡੇ ਪਦਾਰਥਾਂ ਦਾ, ਸਾਡੇ ਚੜਾਵੇ ਦਾ ਭੁੱਖਾ ਨਹੀਂ ਹੈ, ਇਹ ਤਾਂ ਸਾਡਾ ਭੁਲੇਖਾ ਹੈ ਕਿ ਸ਼ਾਇਦ ਅਸੀਂ ਆਹ ਚੜ੍ਹਾ ਦੇਵਾਂਗੇ ਪਰਮਾਤਮਾ ਖੁਸ਼ ਹੋ ਜਾਏਗਾ, ਆਹ ਚੜ੍ਹਾ ਦਾਂਗੇ ਪਰਮਾਤਮਾ ਖੁਸ਼ ਹੋ ਜਾਏਗਾ। ਰੋਜ਼ ਜਦੋਂ ਆਪਾਂ ਆਰਤੀ ਪੜ੍ਹਦੇ ਹਾਂ ਨਾ, ਉੱਚ ਪੜ੍ਹਦੇ ਹਾਂ ਨਾ, ਤੇਰਾ ਕੀ ਆ ਤੁਝੇ ਕਿਆ ਅਰਪੋ, ਸਾਰਾ ਕੁਝ ਤਾਂ ਤੇਰਾ ਦਿੱਤਾ ਹੋਇਆ, ਤੇ ਉਹਦੇ ਵਿੱਚ ਮੈਂ ਤੈਨੂੰ ਅਰਪਣ ਕਰਕੇ ਕਹਾਂਗਾ ਮੈਂ ਤੈਨੂੰ ਚੜ੍ਹਾ ਰਿਹਾ ਵਾਂ, ਮੇਰੀ ਨਾ ਸਮਝੀ ਹੋਵੇਗੀ, ਮੇਰੀ ਬੇਕੂਫੀ ਹੋਵੇਗੀ। ਪਰਮਾਤਮਾ ਸਿਰਫ ਤਾਂ ਸਿਰਫ ਪਿਆਰ ਦਾ ਭੁੱਖਾ ਹੈ, ਗੋਬਿੰਦ ਭਾਉ ਭਗਤ ਕਾ ਭੁੱਖਾ। ਜਦੋਂ ਸਵੇਰੇ ਗੁਰੂ ਨਾਨਕ ਪਾਤਸ਼ਾਹ ਦਾ ਪਿਆਰ ਵਾਲਾ ਸਿੱਖ ਨਿਤਨੇਮ ਕਰਦਾ ਹੈ, ਉਦੋਂ ਸਤਿਗੁਰੂ ਜੀ ਆਖਦੇ ਨੇ, ਸਾਚ ਕਹੋਂ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪ੍ਰੇਮ ਕਿੱਥੋਂ ਉੱਠਣਾ ਹੈ? ਹਿਰਦੇ ਤੋਂ। ਗੱਲ ਫਿਰ ਉੱਥੇ ਆ ਕੇ ਰੁਕਦੀ ਜਿੱਥੋਂ ਅਸਾਂ ਨੇ ਸ਼ੁਰੂ ਕੀਤੀ ਸੀ, ਸਾਰੀ ਗੱਲ ਹਿਰਦੇ ਨਾਲ ਡਿਪੈਂਡ ਕਰਦੀ ਹੈ, ਹਿਰਦੇ 'ਤੇ ਨਿਰਭਰ ਕਰਦੀ ਹੈ। ਸਾਡਾ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਪਿਆਰ ਕਿੰਨਾ ਗਿਆ, ਜਿਤਨਾ ਚਿਰ ਤੱਕ ਸਾਡੇ ਅੰਦਰ ਵਾਸ਼ਨਾਵਾਂ ਆ ਉਤਨਾ ਚਿਰ ਤੱਕ ਪਿਆਰ ਨਹੀਂ ਬਣ ਸਕਦਾ। ਪਹਿਲਾਂ ਇਹਨਾਂ ਵਾਸ਼ਨਾ ਨੂੰ ਖਤਮ ਕਰਨਾ ਹੋਵੇਗਾ, ਪਰ ਸਾਡੀ ਨਾ ਇੱਕ ਮਜ਼ਬੂਰੀ ਬਣ ਗਈ ਹੈ। ਅਸੀਂ ਕਹਿੰਦੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਰਦੇ ਹਾਂ, ਅਸੀਂ ਨਿਤਨੇਮ ਕਰਦੇ ਹਾਂ, ਪਾਠ ਕਰਦੇ ਹਾਂ, ਪਾਠ ਕਰਕੇ ਨਾ ਨਿਤਨੇਮ ਕਰਕੇ ਕੀਰਤਨ ਸੁਣ ਕੇ ਅਸੀਂ ਉੱਠਦੇ ਹਾਂ, ਸਾਰੀ
ਅਰਦਾਸ ਕਰਦੇ ਹਾਂ, ਸਾਰੀ ਮੱਥਾ ਟੇਕਦੇ ਹਾਂ, ਪਤਾ ਕੀ ਆਖਦੇ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿਤੇ $10,000 ਦਾ ਪ੍ਰਬੰਧ ਕਰ ਦਿਓ, ਕੰਮ ਬੜਾ ਰੁਕਿਆ ਹੋਇਆ ਹੈ। ਪਾਠ ਕਰਦੇ ਹਾਂ ਸਾਰੀ ਨਾਲ ਹੀ ਕਹਿ ਦਿੰਦੇ ਹਾਂ, ਨਹੀਂ, ਉਹਨੂੰ ਸਾਡੀ ਇੱਕ ਇੱਕ ਗੱਲ ਦਾ ਪਤਾ ਹੈ। ਸਾਡੇ ਪੁੱਤ ਨੂੰ, ਸਾਡੀ ਧੀ ਨੂੰ ਭਾਵੇਂ ਪਤਾ ਹੋਵੇ ਭਾਵੇਂ ਨਾ ਪਤਾ ਹੋਵੇ, ਪਰ ਉਹਨੂੰ ਇੱਕ ਇੱਕ ਗੱਲ ਦਾ ਪਤਾ ਹੈ, ਕਿਉਂਕਿ ਉਹ ਸਾਥੋਂ ਦੂਰ ਥੋੜ੍ਹਾ ਹੈ, ਉਹ ਤਾਂ ਸਾਡੇ ਅੰਦਰ ਹੈ, ਤਾਂ ਉਹਨੂੰ ਕਿਹੜੀ ਗੱਲ ਦਾ ਪਤਾ ਨਹੀਂ। ਜਿਤਨਾ ਚਿਰ ਤੱਕ ਵਾਸ਼ਨਾਵਾਂ ਬਣੀਆਂ ਹੋਈਆਂ ਨਾ, ਮੰਗਾਂ ਬਣੀਆਂ ਹੋਈਆਂ ਨੇ ਵਾਸ਼ਨਾ ਦੇ ਰੂਪ ਵਿੱਚ, ਉਤਨਾ ਚਿਰ ਤੱਕ ਸਾਡੀ ਅਟੈਚਮੈਂਟ ਨਹੀਂ ਹੋ ਰਹੀ ਉਹਦੇ ਨਾਲ। ਬਸ ਪਿਆਰ ਨਾਲ ਯਾਦ ਕਰਨ ਦੀ ਲੋੜ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਿਆਰਾ ਸਿੱਖ ਰਾਏ ਬਲਾਰ ਜ਼ਿੰਦਗੀ ਦੇ ਅੰਤਲੇ ਸਮੇਂ 'ਤੇ ਆ, ਜਿਹਨੂੰ ਆਪਾਂ ਲਾਸਟ ਸਟੇਜ ਕਹਿ ਦਿੰਦੇ ਲਾਈਫ ਦੀ। ਇੱਕ ਤਾਂ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨੂੰ ਕਹਿ ਕੇ ਗਏ ਕਿ ਸੱਜਣਾ ਅਸੀਂ ਆਵਾਂਗੇ ਜ਼ਰੂਰ। ਹੁਣ ਉਹ ਲਾਸਟ ਸਟੇਜ 'ਤੇ ਆ, ਠੰਡ ਦੇ ਦਿਨ ਨੇ, ਰਾਏ ਬਲਾਰ ਗੁਰੂ ਨਾਨਕ ਪਾਤਸ਼ਾਹ ਨੂੰ ਦਿਲੋਂ ਯਾਦ ਕਰ ਰਿਹਾ ਹੈ। ਅਤੇ ਜਦੋਂ ਸ਼ਾਮ ਪੈਂਦੀ ਹੈ ਨਾ, ਉਹਦਾ ਜਿਹੜਾ ਨੌਕਰ ਹੈ ਉਹ ਦਰਵਾਜ਼ਾ ਢੋਣ ਲੱਗਦਾ ਹੈ। ਰਾਏ ਬਲਾਰ ਆਖਦਾ, ਸੱਜਣਾ ਮੇਰੇ ਚੋਜੀ ਪ੍ਰੀਤਮ ਦਾ ਪਤਾ ਕੋਈ ਨਹੀਂ ਹੈ, ਜੇ ਤੂੰ ਦਰਵਾਜ਼ਾ ਢੋ ਦਿੱਤਾ ਹੋ ਸਕਦਾ ਹੈ ਉਹ ਦਰਵਾਜ਼ਾ ਬੰਦ ਵੇਖ ਕੇ ਚਲਾ ਜਾਏ, ਨਾ ਢੋ, ਖੁੱਲ੍ਹਾ ਰਹਿੰਦੇ। ਦਰਵਾਜ਼ਾ ਇੱਕ ਦਿਨ ਖੋਲ੍ਹਿਆ ਹੈ, ਦੋ ਦਿਨ ਖੁੱਲ੍ਹਾ ਰਿਹਾ, ਤੀਜੇ ਦਿਨ ਘਰ ਵਾਲਿਆਂ ਨੇ ਵੀ ਕਹਿ ਦਿੱਤਾ ਹੈ ਕਿ ਆਖਰਾਂ ਦੀ ਠੰਡ ਹੈ, ਦਰਵਾਜ਼ਾ ਤੂੰ ਖੁੱਲ੍ਹਾ ਰੱਖਿਆ ਹੈ, ਕਿਸੇ ਆਉਂਦੇ ਜਾਂਦੇ ਗੁਆਂਢੀ ਨੇ ਵੇਖ ਲਿਆ ਤਾਂ ਲੋਕਾਂ ਨੇ ਸਾਨੂੰ ਗੱਲਾਂ ਕਰ ਕਰ ਮਾਰ ਦੇਣਾ ਹੈ ਕਿ ਬਜ਼ੁਰਗ ਬੰਦੇ ਨੂੰ ਤਾਂ ਠੰਡ ਨਾਲ ਮਾਰ ਦਿੱਤਾ ਹੈ, ਤੁਹਾਨੂੰ ਉਹਨੇ ਕਿੱਥੇ ਮਰਨਾ ਸੀ ਅਜੇ। ਕਹਿਣ ਲੱਗਾ, ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ, ਮੈਨੂੰ ਜੇਕਰ ਪਰਵਾਹ ਹੈ ਤਾਂ ਗੁਰੂ ਨਾਨਕ ਦੀ ਪਰਵਾਹ ਹੈ। ਉਹ ਕਹਿਣ ਲੱਗਾ, ਭੋਲਿਆ ਉਹ ਪਤਾ ਨਹੀਂ ਕਿੱਥੇ ਹੋਵੇਗਾ, ਉਹਨੂੰ ਤਾਂ ਸੁਨਾਹਾਂ ਵੀ ਨਹੀਂ ਭੇਜ ਸਕਦੇ ਕਿ ਜਿਹੜਾ ਆ ਕੇ ਤੈਨੂੰ ਮਿਲ ਲਵੇ। ਪਰ ਰਾਏ ਬਲਾਰ ਦਾ ਪਿਆਰ ਦੇਖੋ, ਕਹਿਣ ਲੱਗਾ ਸੁਨੇਹੇ ਪਹੁੰਚ ਰਹੇ ਨੇ, ਮੇਰੇ ਹਿਰਦੇ ਤੋਂ ਉੱਠ ਰਹੀ ਪੁਕਾਰ ਹੈ ਨਾ ਜਿਹੜੀ, ਉਹ ਸੁਨੇਹਾ ਬਣ ਕੇ ਪਹੁੰਚ ਰਹੀ ਹੈ, ਇਸ ਸੁਨੇਹੇ ਨੂੰ ਮੇਰਾ ਪਿਆਰ ਉਹਦੇ ਤੱਕ ਪਹੁੰਚਾ ਰਿਹਾ ਹੈ। ਉਹ ਯਾਦ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ। ਉਸ ਸਮੇਂ ਕੋਈ ਮੈਸੇਜ ਨਹੀਂ ਸੀ ਭੇਜੇ ਜਾਂਦੇ, ਰਾਤ ਦਾ ਵੇਲਾ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦੇ ਕੋਲ, ਉਹਦੇ ਪਿਆਰ ਦੇ ਖਿੱਚੇ ਹੋਏ ਉਹਦੇ ਕੋਲ ਪਹੁੰਚ ਗਏ ਨੇ। ਹੁਣ ਰਾਏ ਬਲਾਰ ਉੱਠ ਨਹੀਂ ਸਕਦਾ, ਬਿਰਧ ਹੋ ਗਿਆ, ਕਮਜ਼ੋਰ ਹੈ। ਕਹਿਣ ਲੱਗਾ, ਸਤਿਗੁਰਾਂ ਦੇ ਦਰਸ਼ਨ ਕਰਕੇ ਕਹਿੰਦੇ, ਸਤਿਗੁਰ ਸੱਚੇ ਪਾਤਸ਼ਾਹ ਜੀਓ, ਬਸ ਇੱਕ ਇਹੀ ਮੰਗ ਸੀ ਜਿਹੜੀ ਅੱਜ ਤੁਹਾਨੂੰ ਪੂਰੀ ਕਰ ਦਿੱਤੀ ਹੈ। ਖੁਦਾ ਅੱਲਾ ਤਾਲਾ ਦੀ ਰਹਿਮਤ ਸਦਕਾ ਬਹੁਤ ਕੁਝ ਮਿਲਿਆ ਹੈ, ਪਰ ਜੇ ਅੱਜ ਤੁਹਾਡਾ ਮਲਾਪ ਨਾ ਨਾ ਹੋਇਆ ਹੁੰਦਾ, ਇਵੇਂ ਲੱਗਣਾ ਸੀ ਕੁਛ ਵੀ ਨਹੀਂ ਮਿਲਿਆ, ਖਾਲੀ ਤੁਰ ਗਿਆ ਇੱਥੋਂ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਆਖਦਾ ਹੈ, ਆਪਣੇ ਚਰਨ ਸਤਿਗੁਰ ਜੀਓ ਚੁੱਕ ਕੇ ਮੇਰੇ ਮੱਥੇ 'ਤੇ ਰੱਖੋ, ਮੈਂ ਬਜ਼ੁਰਗ ਹੋ ਗਿਆ ਵਾਂ, ਮੈਂ ਮੱਥਾ ਨਹੀਂ ਟੇਕ ਸਕਦਾ। ਸਤਿਗੁਰ ਕਹਿਣ ਲੱਗੇ, ਸੱਜਣਾ ਆਹ ਜਿਹੜਾ ਪਿਆਰ ਨਾਲ ਯਾਦ ਕਰ ਰਿਹਾ ਹੈ ਨਾ, ਇਹਦੇ ਤੋਂ ਵੱਡਾ ਮੱਥਾ ਟੇਕਣ ਔਰ ਕੋਈ ਨਹੀਂ ਹੈ। ਅਸੀਂ ਕਿਤੇ ਵੀ ਬੈਠੇ ਹੋਈਏ, ਬਸ ਇੱਕ ਵਾਰੀ ਪਿਆਰ ਨਾਲ ਯਾਦ ਕਰਨ ਦੀ ਲੋੜ ਹੈ। ਅਸਾਂ ਤੁਸਾਂ ਨੇ ਇਤਿਹਾਸ ਪੜ੍ਹਿਆ ਹੋਵੇਗਾ, ਛੇਵੇਂ ਪਾਤਸ਼ਾਹ ਦਾ ਭਾਈ ਰੂਪਾ ਜੀ ਦਾ, ਉਹ ਖੇਤਾਂ ਵਿੱਚ ਕੰਮ ਕਰ ਰਹੇ ਨੇ, ਕੰਮ ਕਰਦਿਆਂ ਕਰਦਿਆਂ ਉਹਨਾਂ ਨੂੰ ਪਿਆਸ ਲੱਗ ਗਈ, ਪਾਣੀ ਉਹਨਾਂ ਨੇ ਰੁੱਖ ਨਾਲ ਬੰਨਿਆ ਹੋਇਆ ਹੈ, ਅਤੇ ਜਦੋਂ ਪਾਣੀ ਨੂੰ ਜਾ ਕੇ ਹੱਥ ਲਾਇਆ ਨਾ, ਜਦੋਂ ਪਾਣੀ ਨੂੰ ਜਾ ਕੇ, ਪਾਣੀ ਬੜਾ ਠੰਡਾ ਲੱਗਾ, ਅਤੇ ਮਨ ਹੀ ਮਨ 'ਚ ਇੱਕ ਪੁਕਾਰ ਉੱਠੀ, ਕਿੰਨਾ ਚੰਗਾ ਹੋਵੇ ਇਸ ਠੰਡੇ ਪਾਣੀ ਨੂੰ ਸਾਡੇ ਤੋਂ ਪਹਿਲਾਂ ਸਾਡੇ ਦਿਲਾਂ ਦਾ ਪਾਤਸ਼ਾਹ ਪੀਵੇ। ਅਜੇ ਪਿਆਰ ਨਾਲ ਯਾਦ ਹੀ ਕਰ ਰਹੇ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜਾ ਲੈ ਕੇ ਆਖ ਲਓ, ਅਤੇ ਕਹਿਣ ਲੱਗੇ, ਗੁਰੂ ਕੇ ਪਿਆਰ ਵਾਲਿਓ ਬੜੀ ਪਿਆਸ ਲੱਗੀ ਹੋਈ ਹੈ, ਜਲ ਛਕਾਓ। ਇਹ ਆ ਪਿਆਰ ਦੀ ਖਿੱਚ। ਸਤਿਗੁਰੂ ਜੀ ਉਸ ਸਮੇਂ ਉਸ ਪਾਸੇ ਜੰਗਲ 'ਚ ਸ਼ਿਕਾਰ ਕਰ ਰਹੇ ਸਨ, ਪਤਾ ਲੱਗਾ ਸਿੱਖ ਇੱਧਰ ਨੇ, ਉਹਨਾਂ ਦੇ ਪਿਆਰ ਦੀ ਖਿੱਚ ਨੇ ਸਤਿਗੁਰਾਂ ਨੂੰ ਖਿੱਚ ਲੈਂਦਾ। ਸੱਤਵੇਂ ਪਾਤਸ਼ਾਹ ਕਸ਼ਮੀਰ ਵਿੱਚ ਉਹ ਭਾਗਪੁਰੀ ਮਾਤਾ ਰਹਿ ਰਹੀ ਹੈ, ਉਹਨੇ
ਸਤਿਗੁਰਾਂ ਵਾਸਤੇ ਇੱਕ ਦੁਸ਼ਾਲਾ ਬਣਾਇਆ ਹੈ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਦੇ ਵਿੱਚੋਂ, ਅਤੇ ਰੋਜ਼ ਦੁਸ਼ਾਲੇ ਨੂੰ ਖੋਲ੍ਹ ਦੀਏ ਅਤੇ ਖੋਲ੍ਹ ਕੇ ਆਖ ਦੀਏ ਮੇਰੇ ਦਿਲਾਂ ਦੇ ਪਾਤਸ਼ਾਹ ਕਦੋਂ ਪਹਿਨੇਗਾ, ਅਤੇ ਫਿਰ ਤਹਿ ਲਾ ਕੇ ਰੱਖ ਦਿੰਦੀ, ਫਿਰ ਖੋਲ੍ਹ ਦੀਏ, ਹਰ ਰੋਜ਼ ਖੋਲ੍ਹ ਦੀਏ ਅਤੇ ਨਾਲੇ ਆਖਦੀ ਦਿਲਾਂ ਦੇ ਪਾਤਸ਼ਾਹ ਕਦੋਂ ਪਹਿਨੇਗਾ, ਫਿਰ ਤਹਿ ਲਾ ਕੇ ਰੱਖ ਦਿੰਦੀ। ਸਤਿਗੁਰ ਸੱਚੇ ਪਾਤਸ਼ਾਹ ਜਾ ਪਹੁੰਚੇ ਨੇ, ਕਹਿਣ ਲੱਗੇ ਮਾਤਾ ਲਿਆ ਉਹ ਦੁਸ਼ਾਲਾ, ਅੱਜ ਅਸਾਂ ਨੇ ਉਹ ਪਹਿਨਣਾ ਹੈ। ਕੀ ਇਹ ਇੱਕ ਪਿਆਰ ਦੀ ਖੇਡ ਸੀ? ਉਹਦੇ ਪਿੱਛੇ ਕੋਈ ਮੰਗ ਨਹੀਂ ਸੀ। ਜਿਸ ਨੇ ਵੀ ਪਿਆਰ ਨਾਲ ਯਾਦ ਕੀਤਾ ਬਸ ਉਹੀ ਮੰਗ ਸੀ ਇੱਕ ਵਾਰੀ ਦੀਦਾਰ ਦੀ, ਉਹਦੇ ਪਿੱਛੇ ਹੋਰ ਕੋਈ ਮੰਗ ਨਹੀਂ ਸੀ। ਕਿਉਂਕਿ ਜਿਤਨਾ ਚਿਰ ਤੱਕ ਮੰਗਾਂ ਰੁਕੀਆਂ ਹੋਈਆਂ ਹੈ ਨਾ, ਉਤਨਾ ਚਿਰ ਤੱਕ ਵਾਸ਼ਨਾ ਬਣੀ ਹੋਈ ਹੈ। ਜਿਤਨਾ ਚਿਰ ਤੱਕ ਵਾਸ਼ਨਾ ਬਣੀ ਹੋਈ ਹੈ ਨਾ, ਉਤਨਾ ਚਿਰ ਤੱਕ ਅਟੈਚਮੈਂਟ ਨਹੀਂ ਹੋ ਸਕਦੀ। ਜੀਵਨ ਦੀਆਂ ਲੋੜਾਂ ਪਰਮਾਤਮਾ ਨੇ ਪੂਰੀਆਂ ਕੀਤੀਆਂ ਹੋਈਆਂ ਨੇ, ਸਾਡੀਆਂ ਤੁਹਾਡੀਆਂ ਸਾਰੀਆਂ ਦੀਆਂ ਪੂਰੀਆਂ ਕੀਤੀਆਂ ਹੋਈਆਂ ਨੇ। ਮਿਹਨਤ ਨਾਲ ਅਸੀਂ ਉਹਨਾਂ ਪਦਾਰਥਾਂ ਨੂੰ ਪ੍ਰਾਪਤ ਕਰ ਲੈਣਾ। ਜੇ ਜਿਉਂ ਜਿਉਂ ਮਿਹਨਤ ਕਰਦੇ ਜਾਵਾਂਗੇ, ਉੱਦਮ ਕਰੇਂਦਿਆਂ ਜੀਵ ਤੂੰ ਕਮਾਮ ਦਿਆਂ ਸੁੱਖ ਪਹੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਧਿਆਉਣਾ ਪਿਆਰ ਨਾਲ, ਪਿਆਰ ਤੋਂ ਵੱਡਾ ਹੋਰ ਕੋਈ ਗੁਣ ਨਹੀਂ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਪਰਮਾਤਮਾ ਨੂੰ ਯਾਦ ਕਰਨਾ ਉਹ ਵੀ ਪਿਆਰ ਤੋਂ। ਕਬੀਰ ਕਹੋ ਕਬੀਰ ਜਾਣੇਗਾ ਸੋਏ, ਉਹੀ ਜਾਣ ਪਾਏਗਾ ਪਰਮਾਤਮਾ ਨੂੰ, ਉਹੀ ਪਰਮਾਤਮਾ ਨਾਲ ਨੇੜਤਾ ਬਣਾ ਪਾਏਗਾ। ਹਿਰਦੇ ਰਾਮ ਮੁਖ ਰਾਮੇ ਹੋਏ, ਹਿਰਦੇ ਤੋਂ। ਸੋ ਅੱਜ ਦੀ ਕਥਾ ਜਦੋਂ ਟੇਕ ਹੋਮ ਮੈਸੇਜ ਹੈ, ਆਓ ਉਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਦ੍ਰਿੜ ਕਰ ਲਈਏ। ਰੱਬੀ ਮਿਹਰ ਦਾ ਪਾਤਰ ਬਣਨ ਲਈ, ਰੱਬ ਦੀ ਬਖਸ਼ਿਸ਼ ਦਾ ਪਾਤਰ ਬਣਨ ਲਈ, ਪਰਮੇਸ਼ਰ ਦੀ ਰਜ਼ਾ ਨੂੰ ਸਮਝਣਾ, ਉਹਦੇ ਹੁਕਮ ਨੂੰ ਸਮਝਣਾ ਅਤੇ ਆਪਣੀ ਲਾਈਫ ਅੰਦਰ ਇੰਪਲੀਮੈਂਟ ਕਰਨਾ ਜੋ ਗੁਰੂ ਨੇ ਮੈਸੇਜ ਦਿੱਤਾ, ਜੋ ਗੁਣ ਅਸੀਂ ਗਾ ਰਹੇ ਉਹਨੂੰ ਸੁਭਾਅ ਵਿੱਚ ਲਿਆਉਣਾ, ਉਹਨੂੰ ਆਪਣੇ ਜੀਵਨ ਵਿੱਚ ਉਤਾਰਨਾ, ਹੀ ਇੱਕੋ ਇੱਕ ਵਸੀਲਾ ਹੈ ਰੱਬੀ ਮਿਹਰ ਦੇ ਪਾਤਰ ਬਣਨ ਦਾ। ਪਹਿਲਾ ਟੇਕ ਹੋਮ ਮੈਸੇਜ। ਸੈਕਿੰਡ ਟੇਕ ਹੋਮ ਮੈਸੇਜ, ਅਜਿਹੇ ਬੰਦੇ ਤਾਂ ਬਹੁਤ ਥੋੜ੍ਹੇ ਹੁੰਦੇ ਨੇ ਜੋ ਨਾਮ ਦੇ ਰਸਮੀ ਉਚਾਰਨ ਦੀ ਜਗ੍ਹਾ, ਜੋ ਰਸਮੀ ਉਚਾਰਨ ਅਸੀਂ ਜਿਵੇਂ ਕਿ ਰਸਮੀ ਤੌਰ 'ਤੇ ਬੋਲੀ ਜਾਂਦੇ ਹਾਂ ਰਾਮ ਰਾਮ ਵਾਹਿਗੁਰੂ ਅੱਲਾ ਅੱਲਾ, ਉਚਾਰਨ ਦੀ ਥਾਂ 'ਤੇ ਹਿਰਦੇ ਦੀ ਡੰਗਾਈ ਤੋਂ, ਹਿਰਦੇ ਦੀ ਡੰਗਾਈ ਤੋਂ ਭਾਵ ਹਿਰਦੇ ਦੇ ਪ੍ਰੇਮ ਨਾਲ, ਆਪਣੀ ਹਿਰਦੇ ਵਿੱਚੋਂ ਉੱਠੀ ਪ੍ਰੀਤ ਦੇ ਨਾਲ ਜੋ ਰੱਬ ਨੂੰ ਯਾਦ ਕਰਦੇ ਨੇ। ਬਹੁਤ ਸਾਰੇ ਤਾਂ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਪਰਮਾਤਮਾ ਨੂੰ ਯਾਦ ਤਾਂ ਕਰਦੇ ਨੇ, ਪਰ ਉਹਨਾਂ ਦੀ ਜ਼ਬਾਨ ਹੀ ਪਰਮਾਤਮਾ ਨੂੰ ਯਾਦ ਕਰਦੀ ਹੈ, ਉਹਨਾਂ ਦੇ ਮਨ ਨੂੰ ਨਹੀਂ ਪਤਾ ਹੁੰਦਾ ਕਿ ਉਹ ਪਰਮਾਤਮਾ ਨੂੰ ਯਾਦ ਕਰਦੇ ਵੀ ਹੈ ਕਿ ਨਹੀਂ ਕਰਦੇ। ਹਰ ਹਰ ਨਿਤ ਕਰੇ ਰਸਨਾ, ਕਹਿਆ ਕੁਛੂ ਨਾ ਜਾਣੀ। ਕਿਉਂ? ਜ਼ਬਾਨ ਹਰ ਹਰ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਿ ਰਹੀ ਹੈ, ਕਹਿਆ ਕੁਛੂ ਨਾ ਜਾਣੀ, ਪਰ ਇਹਦੇ 'ਚ ਕੀ ਕਿਹਾ ਹੈ ਉਹ ਨਹੀਂ ਜਾਣਦੀ। ਕਿਉਂ ਨਹੀਂ ਜਾਣਦੀ? ਕਿਉਂਕਿ ਜਿਸ ਜੋ ਬੋਲਿਆ ਜਾ ਰਿਹਾ ਉਹਦੇ 'ਚ ਧਿਆਨ ਨਹੀਂ ਹੈ, ਜੋ ਪੜ੍ਹਿਆ ਜਾ ਰਿਹਾ ਉਹ 'ਚ ਧਿਆਨ ਨਹੀਂ ਹੈ, ਜੋ ਆਖਿਆ ਜਾ ਰਿਹਾ ਉਹ 'ਚ ਧਿਆਨ ਨਹੀਂ ਹੈ, ਨਾ ਧਿਆਨ ਨਾਲ ਸੁਣਿਆ ਜਾ ਰਿਹਾ, ਨਾ ਧਿਆਨ ਨਾਲ ਵਿਚਾਰਿਆ ਜਾ ਰਿਹਾ ਹੈ। ਸੋ ਜੋ ਵੀ ਐਕਟੀਵਿਟੀ ਕਰਦੇ ਹਾਂ, ਭਾਵੇਂ ਉਹ ਸਾਡੇ ਰਿਲੀਜੀਅਸ ਐਕਟੀਵਿਟੀ ਹੋਵੇ, ਅਤੇ ਭਾਵੇਂ ਸਾਡੀ ਘਰੇਲੂ ਐਕਟੀਵਿਟੀ ਹੋਵੇ, ਅਤੇ ਭਾਵੇਂ ਸਾਡੀ ਬਿਜ਼ਨਸ ਦੀ ਐਕਟੀਵਿਟੀ ਹੋਵੇ, ਜਦੋਂ ਅਸੀਂ ਆਪਣੇ ਕਿਸੇ ਇੱਕ ਕੰਮ ਵੱਲ ਧਿਆਨ ਦੇਵਾਂਗੇ, ਫੋਕਸ ਕਰਾਂਗੇ, ਜੇ ਆਹ ਕਰਨਾ ਤਾਂ ਇਹਦੇ 'ਚ ਪਹਿਲਾਂ ਧਿਆਨ ਦੇਣਾ ਹੈ, ਸੱਚ ਕਰਕੇ ਜਾਣਨਾ ਤੁਸੀਂ ਉਹਦੇ ਤੋਂ ਵਧੀਆ ਕੰਮ ਹੋਰ ਕੋਈ ਵੀ ਨਹੀਂ ਕਰ ਸਕੋਗੇ ਜਿਸ ਕੰਮ 'ਚ ਸਾਡਾ ਧਿਆਨ ਹੋਵੇਗਾ। ਸੋ ਜਦੋਂ ਵੀ ਕੰਮ ਕਰੀਏ, ਭਾਵੇਂ ਪਰਮਾਤਮਾ ਨੂੰ ਯਾਦ ਕਰਨ ਦਾ ਹੋਵੇ, ਭਾਵੇਂ ਆਪਣੇ ਘਰ ਦਾ ਹੋਵੇ, ਅਤੇ ਭਾਵੇਂ ਸਾਡੇ ਬਿਜ਼ਨਸ ਦਾ ਹੋਵੇ, ਅਸੀਂ ਫੋਕਸ ਉਹਦੇ 'ਤੇ ਦੇਣਾ ਹੈ, ਉਹਦੇ 'ਤੇ ਖੁੱਭ ਜਾਣਾ ਹੈ, ਉਹਦੇ ਵਿੱਚ ਮਗਨ ਹੋ ਜਾਣਾ ਹੈ, ਫਿਰ ਹੀ ਅਸੀਂ ਉਹ ਤੋਂ ਵਧੀਆ ਕੰਮ ਕਰ ਸਕਾਂਗੇ, ਫਿਰ ਉਹ 'ਚ ਭੁੱਲਾਂ ਨਹੀਂ ਹੋਣਗੀਆਂ, ਹੋਣਗੀਆਂ ਪਤਾ ਲੱਗ ਜਾਏਗਾ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਹਿਰਦੇ ਦੀ ਡੰਗਿਆਈ ਤੋਂ ਯਾਦ ਕਰਾਂਗੇ ਨਾ, ਉਦੋਂ ਸਾਡਾ ਸਾਰਾ ਧਿਆਨ ਪਰਮਾਤਮਾ ਦੇ ਵਿੱਚ ਹੋਵੇਗਾ, ਜੋ ਪੜ੍ਹ ਰਹੇ ਹਾਂ, ਜੋ ਸੁਣ ਰਹੇ ਹਾਂ, ਜੋ ਵਿਚਾਰ ਰਹੇ ਹਾਂ, ਫਿਰ ਸੋਚਾਂਗੇ ਹਾਂ ਕਿਤੇ ਨਾ ਕਿਤੇ ਕੋਈ ਗੱਲ ਹੈ ਜਿੱਥੇ ਕਮੀ ਹੈ ਸਾਡੇ ਜੀਵਨ 'ਚ, ਕਿਤੇ ਨਾ ਕਿਤੇ ਇਵੇਂ ਨਹੀਂ ਇਵੇਂ ਕਰਨਾ ਚਾਹੀਦਾ ਸੀ, ਇਵੇਂ ਨਹੀਂ, ਜੇ ਇਵੇਂ ਕਰਦਾ ਤਾਂ ਹੋਰ ਵਧੀਆ ਹੋ ਜਾਣਾ ਸੀ।
ਤਾਂ ਸਤਿਗੁਰੂ ਜੀ ਕਹਿਣ ਲੱਗੇ ਇੱਕ ਵਾਰੀ ਥੋੜ੍ਹਾ ਜਿਹਾ ਵਿਚਾਰ ਕਿ ਮੈਂ ਹਿਰਦੇ ਤੋਂ ਕਰ ਰਿਹਾ ਕਿ ਕਿੱਥੋਂ ਕਰ ਰਿਹਾ। ਸੋ ਦੂਸਰਾ ਤੀਸਰਾ ਜੋ ਗੁਣ ਹੈ ਪਰਮੇਸ਼ੁਰ ਦੇ ਸਰੂਪ ਅਤੇ ਉਸਦੇ ਗੁਣਾਂ ਨੂੰ ਪਛਾਣਨਾ ਅਤੇ ਪਰਮੇਸ਼ੁਰ ਉੱਤੇ ਵਿਸ਼ਵਾਸ ਲਿਆਉਣਾ ਇਹ ਗੁਰੂ ਨਾਨਕ ਦੇ ਪਿਆਰ ਵਾਲੇ ਸਿੱਖ ਦਾ ਪਹਿਲਾ ਕਦਮ ਹੈ। ਪਰਮੇਸ਼ੁਰ ਦਾ ਸਰੂਪ ਕੀ ਹੈ? ਜੋ ਪਰਮੇਸ਼ੁਰ ਦੇ ਗੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੱਸੇ, ਉਹਨਾਂ ਗੁਣਾਂ ਨੂੰ ਜੀਵਨ ਵਿੱਚ ਉਤਾਰਨਾ ਅਤੇ ਆਪਣੇ ਜੀਵਨ ਵਿੱਚ ਵਸੇ ਹੋਏ ਐਬਾਂ ਨੂੰ ਅਵਗੁਣਾਂ ਨੂੰ ਬਾਹਰ ਕੱਢਣਾ ਇਹ ਸਿੱਖ ਦਾ ਪਹਿਲਾ ਕਦਮ ਹੈ। ਸੋ ਅੱਜ ਦੀ ਕਥਾ ਦਾ ਜੋ ਕੰਕਲੂਜ਼ਨ ਹੈ, ਸਤਿਗੁਰੂ ਜੀ ਆਖਦੇ ਨੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਕਿ ਭਾਈ ਹੇ ਨਾਨਕ ਆਖ ਪਰਮਾਤਮਾ ਦੀ ਨਜ਼ਰੇ ਰਹਿਮ ਸਦਕਾ ਹੀ, ਉਹਦੀ ਬਖਸ਼ਿਸ਼ ਸਦਕਾ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਜੇ ਮੈਂ ਕਹਾਂ ਕਿ ਕੇਵਲ ਤੋਤਾ ਰਟਣ ਦੇ ਨਾਲ, ਗਿਣਤੀਆਂ ਮਿਣਤੀਆਂ ਦੇ ਪਾਠ ਦੇ ਨਾਲ, ਆਪਣੇ ਉੱਦਮ ਦੇ ਨਾਲ ਮੈਂ ਪਰਮਾਤਮਾ ਨੂੰ ਪਾ ਸਕਦਾ ਵਾਂ, ਕੂੜੈ ਕੂੜੀ ਕੂੜੀ ਕੂੜੈ ਠੀਸ, ਇੱਕ ਝੂਠੇ ਮਨੁੱਖ ਦੀ ਗਾਪੀ ਹੋਵੇਗੀ, ਇਸ ਤੋਂ ਵੱਧ ਹੋਰ ਕੁਝ ਵੀ ਨਹੀਂ। ਸੋ ਗੁਰ ਕਿਰਪਾ ਕਰੇ, ਗੁਰੂ ਦਾ ਜੋ ਸੁਣਿਆ ਉਪਦੇਸ਼ ਉਸਨੂੰ ਹਿਰਦੇ 'ਚ ਵਸਾ ਲਈਏ ਅਤੇ ਹਿਰਦੇ ਤੋਂ ਪਰਮਾਤਮਾ ਨੂੰ ਯਾਦ ਕਰੀਏ ਤਾਂ ਕਿ ਸਾਡੇ ਜਨ ਲੋਕ ਸੁਖੀ ਹੈ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲ ਚੁੱਕ ਗਲਤੀ ਲਈ ਖਿਮਾ ਕਰਦੇ ਪਰਵਾਹ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।